सत श्री अकाल प्रोग्राम निरपक्ष टॉक देख रहे सारे दर्शकों का हार्दिक स्वागत है। दिन भर के खास मुद्दों को लेकर एक बार फिर तो हाजिर हो चुकी हैं। दिन भर दी खास खबरों से विचार चर्चा इस प्रोग्राम दे विच कीती जांदी है। तो हर वार की तरह एक बार फिर तो अपने नाल जुड़ चुके हैं सीनियर पत्रकार जगसीर सिंह संधू जी। सो सब तो पहला तो सत श्री अकाल सर, बहुत बहुत स्वागत है तुहाडा। धन्यवाद मुनीत, निरपक्ष टॉक नाल जुड़े हुए सारे दर्शकों नूं प्यार भरी सत श्री अकाल, नमस्ते, आदाब, सलाम जी। हो ठीक ठाक हो सर तुसी? जी बिल्कुल जी, ठीक ठाक तो हाँ, पर धुएं ने बहुत बुरा हाल किया हुआ पंजाब दा जी। जी मौसम काफी खराब दस्या जी। जी किस तरीके दे हालात देखण नूं मिल रहे हैं सर तुहाडे उधर? ਧੂਏ ਨਾਲ ਕਿਹਾ ਜਾ ਰਿਹਾ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਬਜ਼ੁਰਗਾਂ ਲਈ ਵੀ, ਬੱਚਿਆਂ ਲਈ ਵੀ, ਕਿਉਂਕਿ ਸਾਹ ਦੀਆਂ ਪ੍ਰੋਬਲਮ ਵੀ ਹੋ ਰਹੀਆਂ ਧੂਏ ਦੇ ਕਾਰਨ। ਬਿਲਕੁਲ ਜੀ, ਮਤਲਬ ਸਰਕਾਰ ਬੜਾ ਸਖਤ ਰੁੱਖ ਆਪਣੇ ਤਰ੍ਹਾਂ ਅਪਣਾ ਰਹੀ ਹੈ ਕਿ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਵੀ ਸਰਕਾਰ ਬੜੀ ਸਖਤੀ ਕਰ ਰਹੀ ਹੈ, ਤੇ ਪਰ ਜ਼ਮੀਨੀ ਪੱਧਰ ਤੇ ਜਿਹੜੀ ਸਖਤੀ ਹੈ ਉਹ ਦਿਸ ਨਹੀਂ ਰਹੀ ਹੈਗੀ ਕਿਸੇ ਤਰੀਕੇ ਨਾਲ। ਉਸੇ ਤਰ੍ਹਾਂ ਹੀ ਅੱਗਾਂ ਜਿਹੜੀਆਂ ਲੱਗ ਰਹੀਆਂ ਨੇਗੀਆਂ, ਲਗਾਤਾਰ ਅੱਗ ਹੈ ਜਿਹੜੀ ਉਹ ਲਗਾਈ ਜਾ ਰਹੀ ਹੈ। ਸਰੇਆਮ ਮਤਲਬ ਕਿਸਾਨ ਇੱਕ ਤਰ੍ਹਾਂ ਨਾਲ ਇਹਨੂੰ ਆਪਣਾ ਰਾਈਟ ਸਮਝ ਰਹੇ ਨੇਗੇ, ਜਿਵੇਂ ਕਿਸਾਨ ਜਥੇਬੰਦੀਆਂ ਕੁਝ ਉਹਨਾਂ ਦੀ ਪਿੱਠ ਤੇ ਆ ਜਾਂਦੀਆਂ ਨੇ ਵੀ ਅਸੀਂ ਤਾਂ ਫੂਕਾਂਗੇ ਜੀ ਇਹਨੂੰ, ਜਿਵੇਂ ਉਹਨਾਂ ਦਾ ਪਸ਼ਤੈਣੀ ਹੱਕ ਹੁੰਦਾ ਉਸ ਤਰੀਕੇ ਨਾਲ। ਹੁਣ ਜਦੋਂ ਸਾਰਾ ਕੁਝ ਮਤਲਬ ਸਾਡੇ ਕੋਲੇ ਉਪਲਬਧ ਹੋ ਗਿਆ ਹੈਗਾ, ਮਤਲਬ ਇਸ ਤਰ੍ਹਾਂ ਦੀ ਮਸ਼ੀਨਰੀ ਆ ਗਈ ਹੈ ਜਿਹੜੀ ਬਕਾਇਦਾ ਉਹਦੀਆਂ ਗੰਢਾਂ ਬਣਾ ਰਹੀ ਹੈ ਔਰ ਉਹ ਪਰਾਲੀ ਆ ਜਿਹੜੀ ਵਿਕ ਵੀ ਰਹੀ ਹੈਗੀ, ਬਹੁਤ ਸਾਰੇ ਕਿਸਾਨ ਵੇਚ ਵੀ ਰਹੇ ਨੇ। ਮਤਲਬ ਜਿਹੜੇ ਸਿਆਣੇ ਕਿਸਾਨ ਨੇ ਪਿੰਡਾਂ ਦੇ ਵਿੱਚ ਦੇਖ ਰਹੇ ਆ ਆਸੇ ਪਾਸੇ ਤੇ ਉਹ ਵਿੱਚ ਇਸ ਤਰ੍ਹਾਂ ਦਾ ਵੀ ਉਹ ਮਸ਼ੀਨ ਦੇ ਨਾਲ ਗੰਢਾਂ ਬਣਵਾ ਰਹੇ ਨੇ ਤੇ ਉਹ ਗੰਢਾਂ ਚੱਕ ਕੇ ਫਿਰ ਅੱਗੇ ਟਰਾਲੀਆਂ ਭਰ ਕੇ ਵੇਚੀਆਂ ਜਾ ਰਹੀਆਂ ਜਾਂ ਕੁਝ ਉਹਨਾਂ ਨੂੰ ਸਟੋਰ ਵੀ ਕਰ ਰਹੇ ਨੇ, ਇਕੱਠੀਆਂ ਕਰਕੇ ਵੀ ਰੱਖੀਆਂ ਜਾ ਰਹੀਆਂ ਨੇਗੀਆਂ। ਪਰ ਕੁਝ ਇਸ ਤਰ੍ਹਾਂ ਦਾ ਮਤਲਬ ਜਿਵੇਂ ਆਪਾਂ ਕਹਿੰਦੇ ਉਹਨਾਂ ਨੇ ਵੀ ਹੈਂਕੜਬਾਜੀ ਜਿਹੀ ਵਾਲੀ ਗੱਲ ਹੀ ਹੈ ਵੀ ਉਹਨਾਂ ਨੇ ਤਾਂ ਇਹ ਰੱਖਿਆ ਵੀ ਤਾਂ ਫੂਕਣਾ ਹੀ ਫੂਕਣੀ ਹੈ, ਇਹਨੂੰ ਅੱਗ ਲਾਵਾਂਗੇ ਲਾਵਾਂਗੇ, ਜਿਵੇਂ ਕਿ ਜਿੱਦ ਜੀ ਨਹੀਂ ਕਰਦੇ ਹੁੰਦੇ ਲੋਕ, ਉਸ ਤਰ੍ਹਾਂ ਦਾ ਵੀ ਰਵੱਈਆ ਦੇਖਣ ਨੂੰ ਮਿਲ ਰਿਹਾ ਹੈਗਾ। ਔਰ ਇਹ ਵੀ ਨਹੀਂ ਹੈ ਵੀ ਉਹ ਕੋਈ ਬਹੁਤ ਦੂਰ ਦੁਰਾਡੇ ਖੇਤਰਾਂ ਦੇ ਵਿੱਚ ਲਾ ਰਹੇ ਆ। ਮੈਂ ਮਸਲਨ ਬਰਨਾਲੇ ਸ਼ਹਿਰ ਦੀ ਗੱਲ ਕਰੂੰਗਾ ਤਾਂ ਬਿਲਕੁਲ ਸ਼ਹਿਰ ਦੇ ਨਾਲ ਆ ਜਿਹੜੀਆਂ ਉਹ ਆਸੇ ਪਾਸੇ ਸ਼ਹਿਰ ਦੇ ਜਿੱਥੇ ਮਤਲਬ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਹੈ, ਐਗਰੀਕਲਚਰ ਜ਼ਮੀਨ ਹੈਗੀ, ਤੇ ਉਹਦੇ ਨਾਲ ਬਾਈਪਾਸ ਦੇ ਨਾਲ ਜਾਂ ਹੋਰ ਆਮ ਅੱਗਾਂ ਜਿਹੜੀਆਂ ਸਾਨੂੰ ਲਗਾਈਆਂ ਮਿਲਦੀਆਂ ਨੇਗੀਆਂ, ਇਹ ਸ਼ਾਮ ਦੇ ਟਾਈਮ ਅੱਗ ਲਾਉਂਦੇ ਆ ਤੇ ਰਾਤ ਨੂੰ ਉਸਨੂੰ ਫੇਰ ਬਾਹ ਦਿੰਦੇ ਆ ਸਵੇਰ ਤੱਕ ਤਵੀਆਂ ਦੇ ਨਾਲ ਜਾਂ ਹੋਰ, ਤੇ ਤਾਂ ਕਿ ਉਹ ਜਿਹੜਾ ਮੱਚਿਆ ਹੋਇਆ ਹੈਗਾ ਉਹ ਖੇਤ ਦਿਸ ਨਾ ਸਕੇ। ਪਰ ਇਹਨਾਂ ਨੂੰ ਲੱਗਦਾ ਵੀ ਇਹ ਸੈਟਲਾਈਟ ਤੋਂ ਹੀ ਫੜੇ ਜਾਵਾਂਗੇ ਤੇ ਉਹ ਤੋਂ ਬਚਣ ਦਾ ਇਲਾਜ ਇਹਨਾਂ ਨੇ ਕਰਿਆ ਵੀ ਉਹਨੂੰ ਸ਼ਾਮ ਨੂੰ ਅੱਗ ਲਾਉਂਦੇ ਆ 4 ਵਜੇ ਤੇ ਉਸ ਤੋਂ ਬਾਅਦ ਰਾਤ ਨੂੰ ਉਹਦੇ ਵੀ ਟਰੈਕਟਰ ਫੇਰ ਦਿੰਦੇ ਹੈਗੇ। ਸੋ ਇਸ ਤਰ੍ਹਾਂ ਦਾ ਚੱਲਣ ਆ ਜਿਹੜਾ ਇਹ ਚੱਲ ਰਿਹਾ ਹੈਗਾ। ਪ੍ਰਸ਼ਾਸਨ ਚਾਹੇ ਕਰ ਰਿਹਾ ਹੈਗਾ, ਅੱਜ ਇੱਕ ਖਬਰ ਵੀ ਆਪਾਂ ਨੇ ਸਾਂਝੀ ਕੀਤੀ ਹੈਗੀ ਜਿਹਦੇ ਚ ਹੈਗਾ ਅੰਮ੍ਰਿਤਸਰ ਸਾਹਿਬ ਦਾ ਜ਼ਿਕਰ ਕੀਤਾ ਗਿਆ ਵੀ ਉੱਥੇ ਜਿਹੜੀ ਸਰਕਾਰ ਵੱਲੋਂ ਕਾਫੀ ਸਖਤੀ ਕੀਤੀ ਗਈ ਹੈਗੀ, ਉੱਥੇ ਜਿਹੜੇ DC ਨੇ ਥੋਰੀ ਸਾਹਿਬ ਉਹ ਸਾਡੇ ਇੱਥੇ ਬਰਨਾਲੇ ਵੀ ਰਹਿ ਕੇ ਗਏ ਆ, ਬੜੇ ਵਧੀਆ ਅਫਸਰ ਨੇਗੇ, ਉਹਨਾਂ ਦਾ ਬੜਾ ਵਧੀਆ ਕੰਮ ਕਰ ਰਿਹਾ। ਸੋ ਉਹਨਾਂ ਨੇ ਉੱਥੇ ਕਾਫੀ ਸਖਤੀ ਆ ਜਿਹੜੀ ਉਹ ਦਿਖਾਈ ਹੈਗੀ। ਹੁਣ ਉੱਥੇ ਉਹਨਾਂ ਨੇ ਕਿਹਾ ਕਿ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਮਤਲਬ ਉਹਨਾਂ ਨੇ 5-7 ਸ਼ਿਕਾਇਤਾਂ ਵੀ ਦਰਜ ਕਰਵਾਈਆਂ ਨੇਗੀਆਂ ਤੇ 10 ਕਿਸਾਨਾਂ ਨੂੰ ਇਸ ਐਕਟ ਦਾ ਜਿਹੜਾ ਹੈਗਾ ਵਾਯੂ ਐਕਟ ਇਹਦੇ ਉਲੰਘਣਾ ਦਾ ਦੋਸ਼ੀ ਵੀ ਪਾਇਆ ਹੈਗਾ। ਤੇ ਇੱਥੇ ਵਾਤਾਵਰਨ ਇੰਜੀਨੀਅਰ ਸੁਖਦੇਵ ਸਿੰਘ ਜਿਹੜੇ ਕਿ ਅੰਮ੍ਰਿਤਸਰ ਸਾਹਿਬ ਦੇ ਨੇਗੇ ਤੇ ਇਹਨਾਂ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਮਿਲੀਆਂ ਸੀਗੀਆਂ ਕਿ ਪਿੰਡ ਨਾਗਕਲਾਂ ਦੇ ਵਾਸੀ ਸੰਤੋਖ ਸਿੰਘ, ਸਠਿਆਲਾ ਦਾ ਕਮਲਜੀਤ ਦਾ ਵਾਲੀਆਂ, ਮਾਝੀਪੁਰ ਦੇ ਵਾਸੀ ਪਰਮਜੀਤ ਕੌਰ ਖਾਸਾ, ਬੱਸੀ ਦਾ ਜੱਸਾ ਸਿੰਘ, ਰਮਨਦੀਪ ਸਿੰਘ, ਮਤਲਬ ਇਸ ਤਰ੍ਹਾਂ ਦੇ ਹੈਗੇ ਨੇ ਸੰਗਤਪੁਰਾ ਪਿੰਡ ਦੇ ਵੀ ਕੁਝ ਕਿਸਾਨਾਂ ਦੇ ਨਾਮ ਨੇਗੇ। ਸੋ ਇਹਨਾਂ ਦੇ ਖਿਲਾਫ ਜਿਹੜਾ ਉਹ ਵਾਤਾਵਰਨ ਬਚਾਓ ਐਕਟ 1981 ਦੇ ਤਹਿਤ ਅਪਰਾਧਿਕ ਸ਼ਿਕਾਇਤਾਂ ਦਰਜ ਹੋਈਆਂ ਨੇਗੀਆਂ ਤੇ ਇਹਨਾਂ ਨੇ ਕਿਹਾ ਵੀ ਜੇ ਕੋਈ ਦੋਸ਼ੀ ਪਾਇਆ ਜਾਂਦਾ ਇਸ ਮਾਮਲੇ ਦਾ ਤਾਂ ਇਹਦੇ ਵਿੱਚ ਉਹਨੂੰ 3 ਮਹੀਨੇ ਦੀ ਸਜ਼ਾ ਤੇ ₹10,000 ਜੁਰਮਾਨਾ ਵੀ ਹੋ ਸਕਦਾ ਹੈਗਾ, ਨਾ ਸਾੜਨ ਦੀ ਉਹਨਾਂ ਨੇ ਅਪੀਲ ਵੀ ਕੀਤੀ ਹੈਗੀ। DC ਜਿਹੜੇ ਘਨਸ਼ਿਆਮ ਥੋਰੀ ਨੇ ਉਹਨਾਂ ਨੇ ਵੀ ਮਤਲਬ ਉਹਨਾਂ ਪਿੰਡਾਂ ਦੇ ਵਿੱਚ ਉਹ ਗਏ ਨੇ ਜਿੱਥੇ ਜਿੱਥੇ ਉਹਨਾਂ ਨੂੰ ਪਤਾ ਲੱਗਿਆ ਵੀ ਕੋਈ ਅੱਗ ਲੱਗੀ ਆ, ਉੱਥੇ ਜਾ ਕੇ ਉਹਨਾਂ ਨੇ ਕਈ ਤਾਂ ਮਤਲਬ ਕਿਸਾਨਾਂ ਨੂੰ ਬੁਲਾਇਆ, ਉਹਨਾਂ ਨੂੰ ਸਮਝਾ ਬੁਝਾ ਕੇ ਕਿਹਾ ਵੀ ਇਹਨੂੰ ਬੰਦ ਕਰੋ, ਨਹੀਂ ਬਚਾਉਣੀ ਹੈਗੀ, ਮੌਕੇ ਤੇ ਮਾਲਕਾਂ ਨੂੰ ਬੁਲਾ ਕੇ ਰੋਕਿਆ ਵੀ ਹੈ। ਸੋ ਇਸ ਤਰ੍ਹਾਂ ਮਤਲਬ ਜੇ ਆਪਾਂ ਇਕੱਲੇ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੀ ਗੱਲ ਕਰਦੇ ਹਾਂ ਤਾਂ ਉੱਥੇ 275 ਨੋਡਲ ਅਧਿਕਾਰੀ ਜਿਹੜੇ ਹੈਗੇ ਤੇ 55 ਕਲਸਟਰ ਅਫਸਰ ਇਸ ਕੰਮ ਤੇ ਲਾਏ ਗਏ ਆ ਤੇ ਦਫ਼ਤਰਾਂ ਦੇਖ ਰੇਖ ਹੋ ਰਹੀ ਹੈਗੀ।
ਗੱਲ ਤਾਂ ਮਤਲਬ ਪ੍ਰਸ਼ਾਸਨ ਇਕੱਲਾ ਵੀ ਕੁਛ ਨਹੀਂ ਕਰ ਸਕਦਾ ਹੈਗਾ, ਇਹ ਵੀ ਬਹੁਤ ਵੱਡੀ ਗੱਲ ਹੈਗੀ। ਜਿੰਨਾ ਚਿਰ ਲੋਕ ਸਹਿਯੋਗ ਨਹੀਂ ਨਾ ਦਿੰਦੇ, ਇਕੱਲੇ ਪ੍ਰਸ਼ਾਸਨ ਦੇ ਨਾਲ ਜਾਂ ਸਰਕਾਰ ਵੀ ਨਹੀਂ ਕਰ ਸਕਦੀ ਸੀ, ਇੰਨੀ ਸ਼ਕਤੀ ਕਰੂਗੀ। ਦੂਜਾ ਵੋਟ ਰਾਜ ਹੈ, ਵੋਟ ਰਾਜ ਦੇ ਵਿੱਚ ਮਤਲਬ ਮਸਲਾ ਇਹ ਹੈ ਵੀ ਜਦੋਂ ਜਥੇਬੰਦੀਆਂ ਇੱਕ ਪਾਸੇ ਆ ਕੇ ਖੜ ਜਾਂਦੀਆਂ ਨੇ, ਉਦੋਂ ਸਰਕਾਰ ਬਹੁਤ ਕੁਛ ਦੇਖਣ ਲੱਗ ਜਾਂਦੀ ਹੈ, ਪ੍ਰਸ਼ਾਸਨ ਬੜਾ ਕੁਛ ਦੇਖਦਾ। ਉਹਦੇ ਤੇ ਦਬਾਅ ਜਿਹੜਾ ਬੜਾ ਹੁੰਦਾ ਰਾਜਨੀਤਿਕ ਅਧਿਕਾਰੀਆਂ ਦਾ ਵੀ, ਨਹੀਂ ਇਹ ਆਪਣੇ ਬੰਦੇ, ਇਹਨਾਂ ਤੇ ਕਾਰਵਾਈ ਕਰਨੀ ਨਹੀਂ ਹੈ, ਇਹਨਾਂ ਨੂੰ ਆਪਾਂ ਛੱਡਣਾਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਨੇਗੀਆਂ। ਸੋ ਇਹੀ ਵੱਡਾ ਕਾਰਨ ਹੈ ਕਿ ਜਿਹੜਾ ਮਤਲਬ ਪਰਾਲੀ ਮਚਾਉਣ ਦਾ ਸਿਲਸਿਲਾ ਹੈ ਬੰਦ ਨਹੀਂ ਹੋ ਰਿਹਾ ਹੈਗਾ, ਵੱਡਾ ਕਾਰਨ ਇਹੀ ਹੈਗਾ। ਤੇ ਦੂਸਰੇ ਪਾਸੇ ਮਤਲਬ ਕਿਸਾਨ ਵੀ ਕਹਿ ਰਹੇ ਨੇ ਵੀ ਸਾਡੇ ਕੋਲ ਇਹਦਾ ਮਸਲੇ ਦਾ ਹੱਲ ਹੈ ਨਹੀਂ ਗਾ ਕੋਈ, ਅਸੀਂ ਕੀ ਕਰੀਏ। ਪਹਿਲਾਂ ਤਾਂ ਜਿਹੜਾ ਝੋਨਾ ਉਹਨੂੰ ਇੱਕ ਸਮਾਂ ਸੀਮਾ ਦੇ ਦਿੱਤੀ ਜਾਂਦੀ ਹੈ ਵੀ ਇੰਨੀ ਤਰੀਕ ਤੱਕ ਹੀ ਬੀਜਣਾ ਗਾ, ਫਿਰ ਉਹ ਝੋਨਾ ਜਿਹੜਾ ਉਹਦੀ ਫਸਲ ਨੂੰ ਵੱਢ ਕੇ, ਤੇ ਉਹਨਾਂ ਕੋਲੇ ਸਮਾਂ ਬਹੁਤ ਘੱਟ ਬਚਦਾ ਕਣਕ ਬੀਜਣ ਦੇ ਲਈ, ਤੇ ਉਹਨਾਂ ਨੇ ਬਹੁਤ ਛੇਤੀ ਦੇ ਨਾਲ ਉਹ ਜਿਹੜੀ ਆਪਣੀ ਕਹਿੰਦੇ ਸੀ ਜ਼ਮੀਨ ਤਿਆਰ ਕਰਨੀ ਹੁੰਦੀ ਹੈ, ਇਸ ਕਰਕੇ ਸਾਨੂੰ ਸਾਡੇ ਕੋਲੇ ਕੋਈ ਹੱਲ ਨਹੀਂ ਹੈਗਾ। ਸੋ ਗੱਲ ਤਾਂ ਇੱਥੇ ਇਹ ਵੀ ਹੈ ਵਨੀਤ, ਪਹਿਲਾਂ ਨਾ ਪਹਿਲੇ ਥੋੜੇ ਸਮੇਂ ਦੇ ਪਹਿਲਾਂ ਜਦੋਂ ਕਣਕ ਵੱਢੀ ਜਾਂਦੀ ਸੀ, ਜਿਹੜਾ ਕਣਕ ਦਾ ਨਾੜ ਬਚਦਾ ਸੀ ਉਹਨੂੰ ਵੀ ਅੱਗ ਲਾਈ ਜਾਂਦੀ ਛੇ ਛੇ ਤਰੀਕ, ਜਿਵੇਂ ਪਰਾਲੀ ਨੂੰ ਅੱਗ ਲਾਉਂਦੇ ਆ, ਕਿਉਂਕਿ ਜਿਹਨਾਂ ਨੂੰ ਕੋਈ ਤੂੜੀ ਵਗੈਰਾ ਚਾਹੀਦੀ ਹੁੰਦੀ ਸੀ ਉਹ ਹੱਥਾਂ ਦੇ ਨਾਲ ਕਣਕ ਦੀ ਵਾਢੀ ਕਰ ਲੈਂਦੇ ਸੀਗੇ, ਤੇ ਜਿਹੜੀ ਕੰਬਾਈਨ ਨਾਲ ਵਢਾਈ ਜਾਂਦੀ ਸੀ ਕਣਕ, ਤੇ ਉਹਦਾ ਨਾੜ ਆ ਜਿਹੜਾ ਉਹ ਵੀ ਇਸੇ ਤਰ੍ਹਾਂ ਹੀ ਫੂਕਿਆ ਜਾਂਦਾ ਸੀ ਜਿਵੇਂ ਪਰਾਲੀ ਫੂਕੀ ਜਾਂਦੀ ਹੈ। ਪਰ ਉਸ ਤੋਂ ਬਾਅਦ ਜਦੋਂ ਉਹਦਾ ਹੱਲ ਹੋ ਗਿਆ, ਉਸ ਤਰ੍ਹਾਂ ਦੀਆਂ ਮਸ਼ੀਨਾਂ ਤਿਆਰ ਹੋ ਗਈਆਂ ਵੀ ਉਹ ਨਾੜ ਦੀ ਵੀ ਤੂੜੀ ਬਣਨ ਲੱਗ ਗਈ, ਤੇ ਹੁਣ ਜੇ ਕਿਸੇ ਦਾ ਕੋਈ ਨਾੜ ਨੂੰ ਮਾੜੀ ਮੋਟੀ ਅੱਗ ਵੀ ਲੱਗ ਜੇ ਤਾਂ ਉਹ ਮਤਲਬ ਦੂਸਰੇ ਬੰਦਿਆਂ ਤੇ ਲੋਕ ਪਰਚੇ ਦਰਜ ਕਰਾ ਦਿੰਦੇ ਆ ਵੀ ਮੇਰਾ ਨਾੜ ਫੂਕਤਾ ਨੇ ਇੰਨੇ ਪੈਸਿਆਂ ਦਾ। ਸੋ ਇਸ ਤਰ੍ਹਾਂ ਹੀ ਮਤਲਬ ਪਰਾਲੀ ਦੀ ਗੱਲ ਹੈ ਵੀ ਜਦੋਂ ਪਰਾਲੀ ਦੇ ਪੈਸੇ ਵੱਟੇ ਜਾਣ ਲੱਗ ਗਏ ਸਹੀ ਢੰਗ ਦੇ ਨਾਲ, ਕੁਝ ਨਾ ਕੁਝ ਫਿਰ ਲੋਕ ਫੂਕਣੋਂ ਸ਼ਾਇਦ ਹਟ ਜਾਣਗੇ, ਜਿਵੇਂ ਕਣਕ ਵਾਲਾ ਨਾੜ ਨਹੀਂ ਫੂਕਦੇ ਹੈਗੇ। ਪਰ ਫਿਲਹਾਲ ਮਤਲਬ ਇਹਦੇ ਵਿੱਚ ਕੋਈ ਉਸ ਤਰ੍ਹਾਂ ਦਾ, ਬਹੁਤ ਸਾਰੀਆਂ ਘਟੇ ਆ, ਮਤਲਬ 50% ਲੋਕ ਘਟੇ ਆ, ਪਰ ਅਜੇ ਵੀ 50% ਦੇ ਕਰੀਬ ਲੋਕ ਆ ਜਿਹੜੇ ਉਹ ਅਜੇ ਮੰਨਣ ਦੇ ਪੁਰਾ ਦੇ ਵਿੱਚ ਨਹੀਂ ਦਿਖਾਈ ਦੇ ਰਹੇ, ਉਹ ਅੱਖਾਂ ਜਿਹੜੀਆਂ ਉਸੇ ਤਰ੍ਹਾਂ ਲਗਾ ਰਹੇ ਨੇ। ਜੀ, ਸੋ ਇਸੇ ਦੇ ਚੱਲਦੇ ਸਰ, ਜਿਵੇਂ ਕਿ ਦਿਨ ਭਰ ਦੀਆਂ ਖਾਸ ਖਬਰਾਂ ਆਪਾਂ ਹਰ ਵਾਰ ਡਿਸਕਸ ਕਰਦੇ ਹਾਂ, ਤੇ SYL ਦੇ ਮੁੱਦੇ ਤੇ ਵੀ ਗੱਲ ਕਰੀਏ, ਪੰਜਾਬ ਦੇ ਪਾਣੀਆਂ ਦੇ ਮੁੱਦੇ ਦੀ ਗੱਲ ਕਰੀਏ, ਤਾਂ ਸਾਰੀਆਂ ਸਿਆਸੀ ਪਾਰਟੀਆਂ ਆਪਸ ਦੇ ਵਿੱਚ ਕਾਫੀ ਜ਼ਿਆਦਾ ਭਿੜਦੀਆਂ ਹੋਈਆਂ ਨਜ਼ਰ ਆ ਰਹੀਆਂ। ਜਿੱਥੇ ਸੱਤਾਧਾਰੀ ਧਿਰ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਤਾਂ ਉਹਨਾਂ ਦੇ ਵੱਲੋਂ ਲਗਾਤਾਰ ਹੀ ਰਵਾਇਤੀ ਪਾਰਟੀਆਂ ਨੂੰ ਜੋ ਹੈ ਇਸਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ। ਦੂਜੇ ਪਾਸੇ ਜੇ ਰਵਾਇਤੀ ਪਾਰਟੀਆਂ ਦੀ ਗੱਲ ਕਰੀਏ, ਵਿਰੋਧੀ ਪਾਰਟੀਆਂ ਦੀ ਗੱਲ ਕਰੀਏ, ਤਾਂ ਉਹਨਾਂ ਦੇ ਵੱਲੋਂ ਲਗਾਤਾਰ SYL ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਵੀ ਘੇਰਿਆ ਜਾ ਰਿਹਾ ਹੈ। ਸੋ ਇਸੇ ਦੇ ਦਰਮਿਆਨ ਕਾਂਗਰਸ ਤੋਂ ਪ੍ਰਗਟ ਸਿੰਘ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ, ਜਿਨ੍ਹਾਂ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਪੰਜਾਬ ਦੇ ਲੋਕਾਂ ਨੂੰ, ਚੌਕਸ ਕੀਤਾ ਗਿਆ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਵੇਲਾ ਹੱਥਾਂ ਦੇ ਨਾਲ ਤਾੜੀਆਂ ਮਾਰਨ ਦਾ ਨਹੀਂ ਹੈ, ਬਲਕਿ ਹੱਥ ਜੋੜਨ ਦਾ ਸਮਾਂ ਹੈ। ਸੋ ਕਿਸ ਚੀਜ਼ ਨੂੰ ਲੈ ਕੇ ਔਰ ਕਿਸ ਤਰੀਕੇ ਦੇ ਨਾਲ ਹੱਥ ਜੋੜਨ ਦੀ ਗੱਲ ਉਹਨਾਂ ਦੇ ਵੱਲੋਂ ਇੱਥੇ ਕੀਤੀ ਗਈ ਹੈ, ਕਿਵੇਂ ਦੇਖਦੇ ਹੋ ਉਹਨਾਂ ਦੇ ਇਸ ਟਵੀਟ ਨੂੰ? ਬਿਲਕੁਲ, ਇਹ ਗੱਲ ਦਰੁਸਤ ਹੈ, ਆਪਾਂ ਵੀ ਜ਼ਿਕਰ ਕਰਕੇ ਹਟੇ ਹਾਂ ਇਸ ਗੱਲ ਦਾ ਪਹਿਲੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ, ਇਹ ਲੜਾਈ ਹੈ ਜਿਹੜੀ ਇਹ ਇਸ ਤਰ੍ਹਾਂ ਮਿਹਣੇ ਤਾਨੇ ਆਪਸ ਵਿੱਚ ਹੀ ਮਿਹਣੋ ਤਾਨੀ ਹੋ ਕੇ ਨਹੀਂ ਲੜੀ ਜਾਣੀ ਹੈਗੀ, ਤੇ ਇਹ ਲੜਾਈ ਇਹ ਇਸ ਤਰ੍ਹਾਂ ਦੀ ਵੀ ਨਹੀਂ ਹੈ ਕਿ ਜਿਵੇਂ ਪ੍ਰਗਟ ਸਿੰਘ ਜੀ ਕਹਿ ਰਹੇ ਹੈ ਵੀ ਤੁਸੀਂ 4 ਗੱਲਾਂ ਕਹਿ ਕੇ ਦੋਸ਼ੀਆਂ ਨੂੰ ਆਪਣੇ ਹੱਕ ਦੇ ਵਿੱਚ ਤਾੜੀਆਂ ਮਰਵਾ ਲਓ, ਉਹਦੇ ਨਾਲ ਵੀ ਗੱਲ ਨਹੀਂ ਬਣਨ ਵਾਲੀ ਹੈਗੀ। ਗੱਲ ਤਾਂ ਇਹ ਲੜਾਈ ਹੈ ਜਿਹੜੀ ਇਕੱਠੇ ਹੋ ਕੇ ਲੜੀ ਜਾਊਗੀ, ਫੇਰ ਹੀ ਇਹਦੇ ਵਿੱਚ ਕੋਈ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈਗੀ। ਸੋ ਇਹ ਕਾਫੀ ਕੁਝ ਮਤਲਬ ਇਸ ਤਰ੍ਹਾਂ ਦਾ ਇਸ ਡਿਬੇਟ ਤੋਂ ਬਾਅਦ ਸਾਹਮਣੇ ਆ ਰਿਹਾ ਹੈ ਕਿ ਅਸਲ ਦੇ ਵਿੱਚ ਸਰਕਾਰ ਦੀ ਮਨਸਾ ਜਿਹੜੀ ਉਹ ਕੀ ਹੈਗੀ, ਇਹਦੇ ਉੱਪਰ ਵੱਡਾ ਸਵਾਲ ਪੈਦਾ ਹੋ ਗਿਆ ਵੀ ਇੱਕ ਪਾਸੇ ਦਾ ਦੇਖੋ ਹੁਣ ਮਤਲਬ ਕਿਹੋ ਜਿਹੀਆਂ ਗੱਲਾਂ ਸੈਂਟਰ ਵੱਲੋਂ ਹੋ ਰਹੀਆਂ ਨੇ, ਕਿਹੋ ਜਿਹੀਆਂ ਗੱਲਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਹਿਤਾ ਵੀ ਕੁਝ ਰਾਜ ਆ ਜਿਹੜੇ ਉਹ ਮਤਲਬ ਪਾਣੀ ਦੀ ਇੱਕ ਬੂੰਦ ਦੇਣ ਦੀ ਬਜਾਏ ਖੂਨ ਡੋਲਣ ਨੂੰ ਤਿਆਰ ਹੋਏ ਬੈਠੇ ਨੇਗੇ। ਸੋ ਇਹਦਾ ਮਤਲਬ ਇਹ ਹੈ ਵੀ ਉਹ ਪੂਰੀ ਤਰ੍ਹਾਂ ਤਿਆਰੀ ਆ ਜਿਹੜੀ ਉਹ ਕਰੀ ਹੋਈ ਆ ਪੰਜਾਬ ਦੇ ਖਿਲਾਫ ਇਸ ਨਹਿਰ ਨੂੰ ਕੱਢਣ ਦੇ ਲਈ, ਜਿਹੜਾ ਇੱਕ ਤਰ੍ਹਾਂ ਪੂਰੀ ਤਰ੍ਹਾਂ ਇੱਕਜੁੱਟ ਦਿਸ ਰਿਹਾ ਸੈਕਟਰ ਵੀ ਹਰਿਆਣੇ ਦੇ ਨਾਲ। ਤੇ ਦੂਜੇ ਪਾਸੇ ਸਾਡਾ ਹਾਲਾਤ ਇਹ ਹੈ ਵੀ ਅਸੀਂ ਅਜੇ ਇੱਕ ਦੂਸਰੇ ਨੂੰ ਮਿਹਣੇ ਤਾਨੇ ਦੇਣ ਲੱਗੇ ਹੋਏ ਆ ਵੀ ਆਹ ਤੁਹਾਡੇ ਵਰੀ ਆਹ ਹੋਇਆ, ਤੁਹਾਡੇ ਵਰੀ ਆਹ ਹੋਇਆ, ਜੇ ਮਤਲਬ ਉਹ ਸੁਲਝਾ ਦਿੰਦੇ ਤਾਂ ਮੁੱਦੇ ਹੀ ਨਹੀਂ ਸੀ ਰਹਿਣਾ, ਅੱਜ ਡਿਬੇਟ ਕਾਹਨੂੰ ਕਰਨੀ ਪੈਂਦੀ, ਜਾਂ ਅੱਜ ਕੋਈ ਮੁੱਦੇ ਦਾ ਰੌਲਾ ਹੀ ਨਾ ਰਹਿੰਦਾ ਜੇ ਉਹ ਸੁਲਝਾ ਦਿੰਦੇ। ਜੇ ਉਹਨਾਂ ਤੋਂ ਨਹੀਂ ਸੁਲਝਿਆ ਤਾਂ ਹੀ ਤਾਂ ਮੁੱਦਾ ਖੜਾ ਨਾ, ਤੇ ਜੇ ਮੁੱਦਾ ਖੜਾ ਤੇ ਹੁਣ ਉਹਨਾਂ ਦਾ ਸਿਆਣਪ ਜਾਂ ਹੁਣ ਵਾਲਿਆਂ ਦੀ ਕਾਬਲੀਅਤ ਇਹ ਹੈ ਵੀ ਇਹ ਮੁੱਦੇ ਨੂੰ ਹੱਲ ਕਰਕੇ ਦਿਖਾਉਣ ਵੀ ਹਾਂ ਭਾਈ ਤੁਹਾਡੇ ਤਾਂ ਨਹੀਂ ਹੋਇਆ, ਅਸੀਂ ਹੱਲ ਕਰਤਾ ਗਾ, ਫਿਰ ਤਾਂ ਕਾਬਲੀਅਤ ਮੰਨੀ ਜਾਊਗੀ। ਜੇ ਹੁਣ ਪੁਰਾਣੀਆਂ ਗੱਲਾਂ ਤੇ ਹੀ ਮਿਹਣੇ ਤਾਨੇ ਮਾਰੀ ਜਾਣ ਤਾਂ ਉਹ ਘਰ ਬਹੁਤੀ ਦੇਰ ਨਹੀਂ ਚੱਲਦੇ ਹੁੰਦੇ। ਕੋਈ ਵੀ ਘਰ ਹੈ ਮਤਲਬ ਜੇ ਅਸਲ ਦੇ ਵਿੱਚ ਪਰਿਵਾਰ ਦਾ ਮੁਖੀ ਆਪਣੇ ਬੱਚਿਆਂ ਨੂੰ ਇਹ ਸਮਝਾਉਣ ਲੱਗ ਜਾਏ ਵੀ ਆਪਣੇ ਦਾਦੇ ਕੋਲੇ ਆਹ ਕੁਛ ਹੁੰਦਾ ਸੀ, ਘੋੜੀਆਂ ਹੁੰਦੀਆਂ ਸੀ, ਆਪਣੇ ਦਾਦੇ ਕੋਲੇ ਬੜੀਆਂ ਹਵੇਲੀਆਂ ਹੁੰਦੀਆਂ ਸੀਗੀਆਂ, ਪਰ ਜਿਹੜੇ ਮੌਜੂਦਾ ਹਾਲਾਤ ਆ ਘਰ ਦੇ ਉਹ ਨਾ ਦੱਸੇ ਵੀ ਆਪਣੇ ਹੁਣ ਜਿਹੜੇ ਦਾਣੇ ਆ ਘਰ ਦੇ ਵਿੱਚ ਉਹ 2 ਮਹੀਨਿਆਂ ਦਾ ਪਿਆ ਰਾਸ਼ਨ ਜਾਂ 3 ਮਹੀਨਿਆਂ ਦਾ ਰਾਸ਼ਨ ਹੈ,
ਉਹਦੇ ਬਾਰੇ ਕੋਈ ਜਾਣਕਾਰੀ ਨਾ ਦੇਵੇ ਤਾਂ ਫਿਰ ਉਹ ਘਰ ਬਹੁਤੀ ਦੇਰ ਨਹੀਂ ਚੱਲਦਾ ਹੁੰਦਾ ਹੈਗਾ। ਉਹ ਜਿੰਨਾ ਚਿਰ ਉਹਨੂੰ ਅਸਲ ਦੇ ਵਿੱਚ ਆਪਣੀ ਘਰ ਦੀ ਸਥਿਤੀ ਆਪਣੀ ਔਲਾਦ ਨੂੰ ਨਹੀਂ ਦੱਸਦਾ, ਉਹਦੇ ਪਰਿਵਾਰ ਨੂੰ ਨਹੀਂ ਦੱਸਦਾ ਜਿਹੜਾ ਘਰ ਦਾ ਮੁਖੀ ਹੈ, ਪੁਰਾਣੀਆਂ ਗੱਲਾਂ ਸੁਣਾ ਕੇ ਨਹੀਂ ਘਰ ਚੱਲਣਾ ਹੈਗਾ। ਘਰ ਤਾਂ ਉਦੋਂ ਚੱਲਣਾ ਜਦੋਂ ਅਸੀਂ ਘਰ ਦੀ ਅਸਲੀ ਹਲੀਅਤ ਜਿਹੜੀ ਅਸਲ ਹਕੀਕਤ ਆ ਉਹ ਹਾਲ ਦੀ ਉਹ ਦੱਸਾਂਗੇ ਵੀ ਹੁਣ ਅਸੀਂ ਕਿਹੜੇ ਮੌਜੂਦਾ ਦੌਰ ਦੇ ਵਿੱਚ ਆ। ਸੋ ਇਹੀ ਗੱਲ ਸਾਡੇ ਪਾਣੀ ਦੀ ਹੈ। ਹੁਣ ਫਾਲੀ ਅਸੀਂ ਕਰੀ ਜਾਂਦੇ ਗੱਲ ਵੀ ਪੰਜਾਬ ਤਾਂ ਪੰਜ ਦਰਿਆਵਾਂ ਦੀ ਧਰਤੀ ਹੈ, ਪੰਜਾਬ ਤਾਂ ਜੀ ਬੜਾ ਮਤਲਬ ਇਹਦਾ ਤਾਂ ਨਾਂ ਹੀ ਪੰਜਾਬ ਹੈ। ਸੋ ਉਹ ਹੋਊਗਾ ਪੰਜਾਬ ਕਿਸੇ ਸਮੇਂ, ਹੁਣ ਪਾਣੀ ਤਾਂ ਅਸੀਂ ਮੁੱਲ ਦਾ ਪੀਂਦੇ ਹਾਂ, ਬੋਤਲਾਂ ਵਾਲਾ ਪਾਣੀ ਪੀਣ ਲੱਗ ਗਏ, ਕਿਹੜੇ ਪੰਜਾਬ ਦੀ ਗੱਲ ਕਰਦੇ ਹਾਂ ਅਸੀਂ, ਕਿਹੜੇ ਦਰਿਆਵਾਂ ਦੀ ਗੱਲ ਕਰਦੇ ਹਾਂ। ਸੋ ਅੱਜ ਦੀ ਹਾਲਾਤ ਨੂੰ ਕਿਉਂ ਨਹੀਂ ਸਮਝ ਰਹੇ? ਜਿਹੜੀ ਮਤਲਬ ਗੱਲ ਅਸੀਂ ਪੁਰਾਣੀਆਂ ਗੱਲਾਂ ਨੂੰ ਲੈ ਕੇ ਬੈਠੇ ਰਹਾਂਗੇ ਉਹਦੇ ਨਾਲ ਕੁਝ ਨਹੀਂ ਹੋਣ ਲੱਗਿਆ ਹੈਗਾ। ਅੱਜ ਤਾਂ ਮੌਕੇ ਦੀ ਹਕੀਕਤ ਹੈ ਜਿਹੜੀ, ਉਹਨੂੰ ਸਮਝਣਾ ਪਊਗਾ। ਮੌਕੇ ਦੀ ਹਕੀਕਤ ਨੂੰ ਦੇਖ ਕੇ ਹੀ ਲੜ ਸਕਾਂਗੇ। ਪੁਰਾਣੀਆਂ ਇੱਕ ਦੂਸਰੇ ਨੂੰ ਮਿਹਣੇ ਤਾਨੇ ਮਾਰ ਕੇ ਕੁਝ ਨਹੀਂ ਹੋਣਾ ਹੈਗਾ। ਸੋ ਪ੍ਰਗਟ ਸਿੰਘ ਹੋਣਾ ਨੇ ਵਾਕਈ ਬਹੁਤ ਵਧੀਆ ਜਿਹੜੀ ਗੱਲ ਆ ਉਹ ਕੀਤੀ ਆਪਣੇ ਟਵੀਟ ਦੇ ਵਿੱਚ, ਜੋ ਉਹਨਾਂ ਨੇ ਪੰਜਾਬੀਆਂ ਨੂੰ ਮਤਲਬ ਇੱਕ ਤਰ੍ਹਾਂ ਨਾਲ ਚੌਕਸ ਕੀਤਾ ਗਾ ਇਸ ਮਾਮਲੇ ਤੇ। ਉਹਨਾਂ ਨੇ ਕਿਹਾ ਹੈ ਜਿਹੜਾ ਉਹਨਾਂ ਦਾ ਟਵੀਟ ਹੈ ਕਿ ਪੰਜਾਬੀ ਉਹ ਹੱਥਾਂ ਨਾਲ ਤਾੜੀਆਂ ਮਾਰਨ ਦਾ ਸਮਾਂ ਨਹੀਂ, ਹੱਥ ਜੋੜਨ ਦਾ ਸਮਾਂ। ਸੋ ਇਹ ਇੱਕ ਵੀਡੀਓ ਵੀ ਉਹਨਾਂ ਨੇ ਸ਼ੇਅਰ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਕਰਨਾਟਕਾ ਦੇ ਵਾਂਗ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਰਾਜ ਦੀਆਂ ਸਾਰੀਆਂ ਸਿਆਸੀ ਧਿਰਾਂ ਇਕਜੁੱਟਤਾ ਨਾਲ ਦੇ ਸਕਦੀਆਂ ਨੇ। ਸੋ ਗੱਲ ਇੱਥੇ ਆ ਕੇ ਖੜੀ ਹੈਗੀ। ਸੋ ਹੁਣ ਮਤਲਬ ਇਹ 2 ਮਹੀਨੇ ਪਹਿਲਾਂ ਦੀ ਉਹਨਾਂ ਨੇ ਕਿਹਾ, ਮੈਂ ਵੀਡੀਓ ਇੱਕ ਸਾਂਝੀ ਕਰ ਰਿਹਾ ਜਿਹਦੇ ਤੇ ਕਰਨਾਟਕਾ ਸਰਕਾਰ ਪਾਣੀਆਂ ਦੇ ਮਸਲੇ ਤੇ ਸੰਜੀਦਗੀ ਨਾਲ ਦੇਖਦੇ ਹੋਏ ਆਪਸੀ ਬਹਿਣ ਦਾ ਵਿਰੋਧ ਹੈ, ਆਪਸੀ ਵਾਦ ਵਿਵਾਦ ਹੈ, ਉਹਨੂੰ ਪਾਸੇ ਰੱਖ ਕੇ ਸਾਰੀਆਂ ਸਿਆਸੀ ਪਾਰਟੀਆਂ ਦੀ ਉਹਨਾਂ ਨੇ ਮੀਟਿੰਗ ਬੁਲਾਈ ਹੈ ਤੇ ਉਹ ਆਪਣੇ ਰਾਜ ਦੇ ਪਾਣੀ ਬਚਾਉਣ ਦੇ ਲਈ ਇਕਜੁੱਟ ਹੋ ਕੇ ਨਵੀਂ ਰਣਨੀਤੀ ਹੈ ਜਿਹੜੀ ਉਹ ਘੜ ਰਹੇ ਨੇਗੇ। ਤੋ ਉਹ ਵੀਡੀਓ ਉਹਨਾਂ ਨੇ ਮਤਲਬ ਦਿਖਾਈ ਹੈਗੀ, ਉਹਦੇ ਨਾਲ ਸ਼ੇਅਰ ਵੀ ਕੀਤੀ ਹੈ ਜਿਹੜੀ ਆਪਣਾ ਟਵੀਟ ਹੈਗਾ। ਸੋ ਇੱਥੇ 1 ਨਵੰਬਰ ਨੂੰ ਜਿਹੜਾ ਇਹ ਬਹਿਸ ਹੋਈ ਆ ਇਹਦੇ ਵਿੱਚ ਸਿਆਸੀ ਪਾਰਟੀਆਂ ਨੂੰ ਕਈਆਂ ਨੂੰ ਸੱਦਾ ਦਿੱਤਾ ਗਿਆ ਸੀਗਾ, ਮੈਂ ਪੰਜਾਬ ਬੋਲਦਾ ਹਾਂ ਦਾ ਜਿਹੜਾ ਸਲੋਗਨ ਹੈ ਇਹਦੇ ਤਹਿਤ ਇਹ ਮੁੱਖ ਮੰਤਰੀ ਸਾਹਿਬ ਨੇ ਇੱਕ ਡਿਬੇਟ ਹੈ ਜਿਹੜੀ ਕਰਵਾਈ ਹੈਗੀ। ਤੇ ਪਰ ਕਿਹਾ ਜਾਂਦਾ ਵੀ ਇੱਥੇ ਤਾਂ ਜਿਹੜਾ ਕੋਈ ਇੱਕ ਵੀ ਵਿਰੋਧੀ ਧਿਰ ਦਾ ਆਗੂ ਨਹੀਂ ਆਇਆ। ਸੋ ਖਾਲੀ ਕੁਰਸੀਆਂ ਦੇ ਨਾਲ ਜਿਹੜੀ ਇਹ ਡਿਬੇਟ ਹੋਈ ਹੈ, ਸੋ ਇਸ ਤਰ੍ਹਾਂ ਮਤਲਬ ਖਾਲੀ ਕੁਰਸੀਆਂ ਨੂੰ ਮਿਹਣੇ ਤਾਨੇ ਮਾਰ ਕੇ ਗੱਲ ਨਹੀਂ ਬਣਨੀ, ਨਾਲ ਲੈ ਕੇ ਚੱਲਣਾ ਪਊਗਾ ਸਾਰਿਆਂ ਨੂੰ। ਹੁਣ ਅਸਲ ਦੇ ਵਿੱਚ ਪਰਿਵਾਰ ਦੇ ਮੁਖੀ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ। ਜਿਹੜਾ ਮਤਲਬ ਜੇ ਵਿਰੋਧੀ ਧਿਰ ਹੈ ਉਹਦਾ ਤਾਂ ਕੰਮ ਹੁੰਦਾ ਵਿਰੋਧ ਕਰਨਾ, ਪਰ ਇੱਥੇ ਸਰਕਾਰ ਹੀ ਵਿਰੋਧ ਕਰੀ ਜਾਂਦੀ ਹੈ ਤਾਂ ਫਿਰ ਇਹ ਗੱਲ ਕਿਵੇਂ ਚੱਲੂਗੀ? ਹੁਣ ਗੱਲ 1 ਤਰੀਕ ਦੀ ਕਰਦੇ ਹਾਂ ਆਪਾਂ, ਸ਼ਾਇਦ ਆਪਾਂ ਪਹਿਲਾਂ ਵੀ ਉਸ ਦਿਨ ਇਹ ਗੱਲ ਦਾ ਜ਼ਿਕਰ ਮੈਂ ਕੀਤਾ ਸੀਗਾ। 1 ਤਰੀਕ ਨੂੰ ਇੱਕ ਪਾਸੇ ਤਾਂ ਬਰਨਾਲਾ ਆਪਣਾ ਜਿਹੜਾ ਪੰਜਾਬ ਦੇ ਵਿੱਚ ਲੁਧਿਆਣੇ ਇਹ ਡਿਬੇਟ ਹੁੰਦੀ ਹੈਗੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ, ਜਿੱਥੇ ਇੱਕ ਸਟੇਜ ਲਾਈ ਜਾਂਦੀ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ SYR ਦੇ ਮੁੱਦੇ ਦੇ ਉੱਪਰ ਭੰਡਿਆ ਜਾਂਦਾ ਵੀ ਇਹਨਾਂ ਨੇ ਪੰਜਾਬ ਨਾਲ ਗਦਾਰੀ ਕੀਤੀ ਹੈ ਤੇ ਇਹਨਾਂ ਨੇ ਪੰਜਾਬ ਦੇ ਨਾਲ ਮਤਲਬ ਜਿਹੜਾ ਹੈਗਾ ਧੋਖਾ ਕੀਤਾ ਹੈਗਾ, ਜਾਂ ਜੋ ਜੋ ਉਹਨਾਂ ਨੇ ਕੁਛ ਕੀਤਾ ਉਹ ਸਾਰਾ ਕੁਛ ਉੱਥੇ ਬੋਲਿਆ ਜਾਂਦਾ ਹੈਗਾ। ਤੇ ਉੱਧਰ ਇਸੇ 1 ਤਰੀਕ ਨੂੰ ਜਿਹੜਾ ਮਹਾਰਾਸ਼ਟਰ ਦਾ ਮੁੱਖ ਮੰਤਰੀ ਹੈ ਏਕਨਾਥ ਸ਼ਿੰਦੇ, ਉਹ ਇੱਕ ਮੀਟਿੰਗ ਕਰਦਾ ਵਿਰੋਧੀ ਪਾਰਟੀਆਂ ਦੇ ਨਾਲ ਤੇ ਉੱਥੇ ਉਹ ਮਤਾ ਪਾਸ ਕਰਦੇ ਨੇ ਉਸ ਮੀਟਿੰਗ ਦੇ ਵਿੱਚ ਕਿ ਜਿਹੜਾ ਮਰਾਠਾ ਰਿਜ਼ਰਵੇਸ਼ਨ ਹੈ ਉਹ ਮਹਾਰਾਸ਼ਟਰ ਦੇ ਵਿੱਚ ਉਹਦੇ ਹੱਕ ਦੇ ਵਿੱਚ ਮਤਾ ਪਾਸ ਕੀਤਾ ਜਾਂਦਾ ਹੈਗਾ ਵੀ ਉੱਥੇ ਜਿਹੜੀਆਂ ਕੋਈ ਨੌਕਰੀਆਂ ਜਿਹੜਾ ਕੋਈ ਰੁਜ਼ਗਾਰ ਆ ਉਹ ਮਰਾਠਿਆਂ ਨੂੰ ਪਹਿਲ ਦੇ ਅਧਿਕਾਰ ਤੇ ਮਿਲੂਗਾ, ਬਾਹਰਲੇ ਲੋਕਾਂ ਨੂੰ ਬਾਅਦ 'ਚ ਮਿਲੂਗਾ। ਹੁਣ ਇਹ ਦੋਨੇ ਗੱਲਾਂ ਨੂੰ ਕਦੇ ਕੰਪੈਰੀਜ਼ਨ ਕਰਕੇ ਦੇਖਣ ਦੀ ਲੋੜ ਹੈ ਵੀ ਉਹ ਤਾਂ ਮਤਲਬ ਚਾਹੇ ਉਹ ਕਿਸੇ ਪਾਰਟੀ ਨੂੰ ਬਿਲੋਂਗ ਕਰਦੇ, ਉਹਨਾਂ ਦੀ ਕੋਈ ਨੈਸ਼ਨਲ ਪਾਰਟੀ ਹੈ, ਉਹਨਾਂ ਦੀ ਕੋਈ ਰਾਸ਼ਟਰੀ ਪਾਰਟੀ, ਉਹਨਾਂ ਦੀ ਕੋਈ ਅਦਰ ਪਾਰਟੀ ਹੈ, 4 ਸਟੇਟਾਂ ਜਾਂ 5 ਸਟੇਟਾਂ ਜਾਂ ਚਾਹੇ ਕੁਛ ਵੀ ਹੈ, ਤੇ ਉਹ ਉਹਨਾਂ ਨੇ ਪਰ ਉਹਨਾਂ ਦੇ ਲਈ ਜਿਹੜਾ ਮਰਾਠਿਆਂ ਦਾ ਮਹਾਰਾਸ਼ਟਰ ਦੇ ਵਿੱਚ ਜਿਹੜੇ ਉੱਥੋਂ ਦੇ ਵਸਿੰਦੇ ਨੇ ਮਰਾਠੇ ਨੇ ਉਹਨਾਂ ਨੂੰ ਪਹਿਲ ਦੇ ਰਹੇ ਆ ਉਹ ਹਰ ਗੱਲ ਦੇ ਵਿੱਚ। ਉਹਨੂੰ ਸਾਰਿਆਂ ਨੇ ਇਕੱਠੇ ਹੋ ਕੇ ਆਪਣੇ ਸਾਰੀਆਂ ਗੱਲਾਂ ਬਾਤਾਂ ਛੱਡਤੀਆਂ, ਉਹਨਾਂ ਨੇ ਉਹ ਮਰਾਠਿਆਂ ਦੇ ਹੱਕ ਦੇ ਵਿੱਚ ਉਹਨਾਂ ਨੇ ਮਤਾ ਪਾਇਆ ਗਾ ਕਿ ਇੱਥੇ ਜਿਹੜੀ ਨੌਕਰੀਆਂ ਨੇ, ਇੱਥੇ ਰੁਜ਼ਗਾਰ ਹੈ, ਇੱਥੇ ਰਿਜ਼ਰਵੇਸ਼ਨ ਹੈ, ਮਤਲਬ ਮਹਿਲਾ ਮਰਾਠਿਆਂ ਨੂੰ ਮਿਲੂਗੀ, ਮਰਾਠਿਆਂ ਦਾ ਇੱਕ ਹੱਕ ਹੈ, ਉਹ ਕਿੰਨੀ ਰੱਖਣੀ ਆ ਉਹਨਾਂ ਦਾ ਬੈਠ ਕੇ ਤੈਅ ਹੋਣਾ, ਪਰ ਉੱਥੇ ਜਿਹੜੀ ਪਹਿਲ ਹੈ ਉਹ ਮਰਾਠਿਆਂ ਨੂੰ ਦੇ ਦਿੱਤੀ ਹੈ ਉਹਨਾਂ ਨੇ ਵੀ ਹਰ ਤੀਜ ਦੇ ਵਿੱਚ ਜਿਹੜਾ ਮਰਾਠਿਆਂ ਨੂੰ ਰਿਜ਼ਰਵੇਸ਼ਨ ਹੈ ਉਹ ਦਿੱਤੀ ਜਾਊ, ਚਾਹੇ ਉਹ ਸਰਕਾਰੀ ਨੌਕਰੀ ਹੈ, ਚਾਹੇ ਕੋਈ ਪ੍ਰਾਈਵੇਟ ਫੈਕਟਰੀਆਂ ਦੀ ਨੌਕਰੀ ਹੈ, ਚਾਹੇ ਕੋਈ ਅਦਰ ਕੋਈ ਵੀ ਕੰਮ ਆ, ਕੋਈ ਰੁਜ਼ਗਾਰ ਦੇਣਾ ਗਾ, ਕੋਈ ਟਰਾਂਸਪੋਰਟ ਦੀਆਂ ਮਤਲਬ ਆਪਾਂ ਕਹਿੰਦੇ ਹਾਂ ਪਰਮਿਟ ਦੇਣੇ ਆ ਜਾਂ ਟੈਕਸੀ ਪਰਮਿਟ ਦੇਣੇ ਆ, ਕੁਛ ਵੀ ਕੋਈ ਕੋਟਾ ਦੇਣਾ ਗਾ, ਉਹ ਸਾਰਿਆਂ ਦੇ ਵਿੱਚ ਪਹਿਲਾਂ ਮਰਾਠਿਆਂ ਦਾ ਇੱਕ ਰਾਖਵਾਂ ਕਰਨ ਰੱਖ ਦਿੱਤਾ ਗਿਆ ਗਾ। ਸੋ ਉਹ ਹੈਗੀ ਆਪਣੀ ਸਟੇਟ ਦੇ ਨਾਲ ਵਫਾਦਾਰੀ, ਉਹਨਾਂ ਸਾਰੇ ਲੋਕਾਂ ਦੀ ਮਰਾਠਾ ਸਮਾਜ ਨਾਲ, ਮਰਾਠਿਆਂ ਦੇ ਨਾਲ ਜਿਹੜੀ ਹੈਗੀ ਆ ਮਹਾਰਾਸ਼ਟਰ ਦੇ ਨਾਲ ਉਹਨੂੰ ਕਹਿ ਸਕਦੇ ਹਾਂ ਵਫਾਦਾਰੀ ਹੈ। ਪਰ ਇੱਥੇ ਕੀ ਹੋ ਰਿਹਾ ਗਾ, ਇੱਥੇ ਉਲਟਾ ਇੱਕ ਦੂਸਰੇ ਨੂੰ ਅਸੀਂ ਮਾੜਾ ਚੰਗਾ ਬੋਲ ਕੇ ਇੱਕ ਮਾਹੌਲ ਤਿਆਰ ਕਰਕੇ ਦੇ ਰਹੇ ਹਾਂ ਵੀ ਅਸੀਂ ਤਾਂ ਲੜੀ ਜਾਂਦੇ ਹਾਂ, ਤੂੰ ਜਿਹੜਾ ਕੁਛ ਮਰਜ਼ੀ ਕਰ ਲਾ। ਹੁਣ ਘਰ ਦੇ ਵਿੱਚ ਕਲੇਸ਼ ਜਿਹੜੇ ਜਿੰਨੇ ਜੀ ਹੈ
ਉਹ ਕੋਈ ਕਿਸੇ ਘਰ ਦੇ ਵਿੱਚੋਂ ਕੋਈ ਬੰਦਾ ਨੇ ਕੋਈ ਚੀਜ਼ ਚੱਕਣੀ ਹੈ, ਜੇ ਤਾਂ ਉਹ ਸਾਰਾ ਘਰ ਇਕਜੁੱਟਤਾ ਨਾਲ ਬੈਠਾ ਵੀ ਆ ਸਪਾੜ ਇੱਧਰ ਸਾਡੇ ਵੜ ਕੇ ਦਿਖਾ ਸਾਡੇ ਘਰੇ, ਫੇਰ ਤਾਂ ਉਹ ਹੈਗਾ। ਪਰ ਜਦੋਂ ਸਾਰੇ ਘਰ ਦੇ ਆਪਸ ਵਿੱਚ ਹੀ ਲੜਦੇ ਹੋਣਗੇ, ਉਹ ਤਾਂ ਜਦੋਂ ਮਰਜ਼ੀ ਚੱਕ ਕੇ ਲੈ ਜਾਓ ਉਹਨੂੰ, ਉਹਨੂੰ ਫਿਰ ਰੌਲਾ ਕਾਹਲਾ, ਕਿਉਂਕਿ ਉਹਦੇ ਤਾਂ ਕਿਸੇ ਨੇ ਮੁਕਾਬਲਾ ਕਰਨ ਵਾਲਾ ਹੈ ਹੀ ਨੀਗਾ। ਸੋ ਉਹ ਹਾਲਾਤ ਸਾਡੇ ਇੱਥੇ ਪੈਦਾ ਜਿਹੜੇ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਨੇ, ਇਹ ਕੀਤੇ ਜਾ ਰਹੇ ਨੇ ਜਾਂ ਕਰਵਾਏ ਜਾ ਰਹੇ ਨੇ, ਇਹ ਬਹੁਤ ਵੱਡਾ ਸਵਾਲ ਹੈਗਾ। ਇਹਦੇ ਮਗਰ ਕੀ ਸ਼ਕਤੀਆਂ ਨੇ, ਕੌਣ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਪੈਦਾ ਕਰਨਾ ਚਾਹੁੰਦਾ ਹੈ ਪੰਜਾਬ ਦੇ ਵਿੱਚ ਕਿ ਪੰਜਾਬੀ ਲੜਦੇ ਰਹਿਣ, ਤੇ ਇਹ ਮਤਲਬ ਜਿਹੜਾ ਪੰਜਾਬੀਆਂ ਦੀ ਲੁੱਟ ਹੈ ਉਹ ਕਰਨੀ ਸੌਖੀ ਹੋ ਜੇ ਪੰਜਾਬ ਦੇ ਵਿੱਚੋਂ। ਪੰਜਾਬ ਦਾ ਪਾਣੀ ਹੈ ਸਾਡੇ ਕੋਲੇ, ਹੋਰ ਮਤਲਬ ਸੋਰਸ ਕੀ ਹੈਗਾ? ਪਾਣੀ ਨਾ ਰਿਹਾ ਤੇ ਅਸੀਂ ਜਿਹੜੀਆਂ ਗੱਲਾਂ ਕਰਦੇ ਹਾਂ ਵੀ ਅਸੀਂ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਇੰਨਾ ਹਿੱਸਾ ਪਾਉਂਦੇ ਹਾਂ, ਤੇ ਫਿਰ ਕਾਹਦੇ ਨਾਲ ਪਾਵਾਂਗੇ? ਮਤਲਬ ਰਾਜਸਥਾਨ ਦੇ ਟਿੱਬਿਆਂ 'ਚ ਥੋੜੀ ਹਿੱਸਾ ਪੈਣ ਲੱਗਿਆ, ਹਿੱਸਾ ਤਾਂ ਹੀ ਪਾਉਂਦੇ ਹਾਂ ਨਾ ਜੀ, ਜੇ ਅਸੀਂ ਵੱਡੀਆਂ ਵੱਡੀਆਂ ਦਾਅਵੇ ਕਰਦੇ ਹਾਂ ਵੀ ਅਸੀਂ ਦੇਸ਼ ਦਾ ਅੰਨ ਭੰਡਾਰ ਭਰਿਆ, ਉਹ ਭਰਿਆ ਤਾਂ ਹੀ ਹੈ ਜੇ ਸਾਡੇ ਕੋਲੇ ਪਾਣੀ ਹੈ, ਤੇ ਸਾਡੇ ਕੋਲੇ ਪਾਣੀ ਨਾ ਰਿਹਾ ਤੇ ਸਾਡੇ ਕੋਲੇ ਕੱਖ ਵੀ ਨਹੀਂ ਰਹਿਣਾ ਹੈਗਾ। ਸੋ ਕਦੇ ਵੀ ਮਤਲਬ ਇਹਦੇ 'ਚ ਮੈਂ ਇੱਕ ਹੋਰ ਗੱਲ ਦਾ ਵੀ ਜ਼ਿਕਰ ਕਰਦਾ ਵੀ ਸਾਡਾ ਜਿਹੜਾ ਵਪਾਰੀ ਵਰਗ ਹੈ, ਜਿਹੜੇ ਸ਼ਹਿਰੀ ਲੋਕ ਨੇਗੇ, ਉਹ ਸ਼ਾਇਦ ਇਸ ਅਹਿਮੀਅਤ ਨੂੰ ਬਿਲਕੁਲ ਨਹੀਂ ਸਮਝ ਰਹੇ। ਉਹਨਾਂ ਨੂੰ ਲੱਗਦਾ ਵੀ ਜਿਹੜਾ ਪਾਣੀ ਹੈ ਇਹ ਤਾਂ ਇੱਕ ਕਿਸਾਨਾਂ ਦਾ ਰੌਲਾ ਹੈਗਾ, ਸ਼ਾਇਦ ਕਿਸਾਨਾਂ ਨੇ ਲਾਉਣਾ ਪਾਣੀ, ਆਪਾਂ ਨੂੰ ਕੀ ਜ਼ਰੂਰਤ ਹੈਗੀ। ਪਰ ਕਦੇ ਇਹ ਮਤਲਬ ਇਹ ਵੀ ਸੋਚਣਾ ਪਊਗਾ ਵੀ ਜਿਹੜੇ ਰਾਜਸਥਾਨ ਦਾ ਮਾਰੂਥਲਾ, ਉੱਥੇ ਕਦੇ ਮੌਲ ਨਹੀਂ ਬਣਦੇ ਹੈਗੇ, ਉੱਥੇ ਕਦੇ ਕਲੋਨੀਆਂ ਨਹੀਂ ਕੱਟੀਆਂ ਜਾਂਦੀਆਂ, ਇਹ ਕਲੋਨੀਆਂ ਤਾਂ ਹੀ ਕੱਟੀਆਂ ਜਾ ਰਹੀਆਂ ਨੇ, ਇਹ ਨਵੇਂ ਨਵੇਂ ਇੱਥੇ ਸਾਰਾ ਕੁਝ ਤਾਂ ਹੀ ਬਣ ਰਿਹਾ ਹੈਗਾ ਜੇ ਇੱਥੇ ਪਾਣੀ ਹੈ। ਪਾਣੀ ਹੈ ਤਾਂ ਇੱਥੇ ਫਸਲ ਹੈ, ਫਸਲ ਹੈ ਤਾਂ ਉਹ ਮਤਲਬ ਹਾੜੀ ਸੋਣੀ ਆਉਂਦੀ ਹੈ। ਹੁਣ ਹਾੜੀ ਸੋਣੀ ਨੂੰ ਸਾਡੇ ਲੋਕ ਸੀਜ਼ਨ ਕਹਿੰਦੇ ਨੇ ਵੀ ਸੀਜ਼ਨ ਆ ਜਾਣਗੇ, ਉਹ ਹਾੜੀ ਦਾ ਸੀਜ਼ਨ ਲਾ ਲਈਏ, ਸੋਣੀ ਦਾ ਸੀਜ਼ਨ ਲਾ ਲਈਏ, ਤੇ ਸੀਜ਼ਨ ਕਾਹਦੇ ਨਾਲ ਲੱਗਦਾ? ਪਾਣੀ ਨਾਲ। ਜੇ ਪਾਣੀ ਨਹੀਂ ਹੈਗਾ ਤਾਂ ਨਾ ਹਾੜੀ ਦਾ ਸੀਜ਼ਨ ਲੱਗੇ ਨਾ ਸੋਣੀ ਦਾ ਸੀਜ਼ਨ ਲੱਗੇ, ਤੇ ਸੀਜ਼ਨ ਦੇ ਉੱਪਰ ਹੀ ਇਕੱਲਾ ਕਿਸਾਨ ਨਹੀਂ, ਸਾਰਾ ਮਤਲਬ ਜਿਹੜਾ ਪੰਜਾਬ ਦਾ ਇਨਫਰਾਸਟ੍ਰਕਚਰ ਉਹ ਇਸੇ ਦੇ ਉੱਪਰ ਖੜਾ ਹੈਗਾ। ਇਸੇ ਦੇ ਉੱਪਰ ਵਪਾਰੀ ਹੈ, ਉਹਦੀ ਦੁਕਾਨਦਾਰੀ ਚੱਲ ਰਹੀ ਹੈ, ਇਸੇ ਦੇ ਉੱਪਰ ਹੀ ਮਜ਼ਦੂਰ ਆ ਉਹਦਾ ਕੰਮ ਚੱਲ ਰਿਹਾ, ਇਸੇ ਦੇ ਉੱਪਰ ਹੀ ਟਰਾਂਸਪੋਰਟ ਦਾ ਕੰਮ ਚੱਲ ਰਿਹਾ, ਇਸੇ ਦੇ ਉੱਪਰ ਹੀ ਮਤਲਬ ਬੰਦਾ ਇਹ ਨਾ ਆਹੀ 2 ਮਹੀਨਿਆਂ ਦੇ ਵਿੱਚ ਆਪਣੇ ਸਾਲ ਭਰ ਦਾ ਖਾਣ ਪੀਣ ਦਾ ਪ੍ਰਬੰਧ ਆ ਜਿਹੜਾ ਉਹ ਗਰੀਬ ਤੋਂ ਗਰੀਬ ਵੀ ਕਰ ਲੈਂਦਾ, ਤੇ ਜਿਹੜਾ ਅਮੀਰ ਆ ਉਹਦਾ ਵੀ ਉਸ ਤਰ੍ਹਾਂ ਦਾ ਸਿਸਟਮ ਹੈਗਾ, ਉਹ ਵੀ ਇਸ ਨੂੰ ਇੱਧਰ ਉੱਧਰ ਕਰਦਾ, ਉਹਨੇ ਵੇਚੀਆਂ ਹੋਈਆਂ ਜਿਹੜੀਆਂ ਚੀਜ਼ਾਂ ਉਹਦਾ ਮੁੱਲ ਮੁੜਿਆ ਆਉਂਦਾ, ਉਹਨੂੰ ਲੋਕਾਂ ਕੋਲੇ ਪੈਸਾ ਆਉਂਦਾ। ਸੋ ਇਹ ਸਾਰਾ ਕੁਝ ਖੜਾ ਤਾਂ ਪਾਣੀ ਦੇ ਸਿਰ ਤੇ ਹੀ ਹੈ। ਸੋ ਪਾਣੀ ਦੀ ਲੜਾਈ ਹੈ ਜਿਹੜੀ, ਇਹ ਨਾ ਕਿਸੇ ਧਰਮ ਦੀ ਹੈ, ਨਾ ਕਿਸੇ ਸਿਆਸੀ ਪਾਰਟੀ ਦੀ ਹੈ, ਨਾ ਕਿਸੇ ਜਾਤ ਦੀ ਹੈ, ਨਾ ਇਹ ਕਿਸੇ ਕਿੱਤੇ ਦੀ ਹੈ। ਪਾਣੀ ਦੀ ਲੜਾਈ ਹੈ ਜਿਹੜੀ ਸਮੁੱਚੇ ਪੰਜਾਬੀਆਂ ਦੀ ਹੈ, ਤੇ ਸਮੁੱਚੇ ਪੰਜਾਬੀਆਂ ਨੂੰ ਇਹਦੇ ਲਈ ਇਕੱਠੇ ਹੋਣ ਦੀ ਜ਼ਰੂਰਤ ਹੈ। ਜੇ ਨਹੀਂ ਇਕੱਠੇ ਹੋਣਗੇ ਤਾਂ ਇਹ ਜਿਹੜੀ ਲੁੱਟ ਹੈ ਇਹ ਰੁਕਣੀ ਨਹੀਂ ਹੈਗੀ, ਬਹੁਤ ਜਲਦੀ ਪੰਜਾਬ ਜਿਹੜਾ ਬਰਬਾਦ ਹੋ ਜੂ ਜੇ ਇਸੇ ਤਰ੍ਹਾਂ ਇਹ ਆਪਸ ਵਿੱਚ ਕੁੱਕੜਾਂ ਵਾਂਗੂ ਲੜਦੇ ਰਹੇ, ਤੇ ਅਗਲਿਆਂ ਨੇ ਮਤਲਬ ਜਿਹੜਾ ਆਪਣਾ ਕੰਮ ਉਹ ਕਰ ਜਾਣਾਗਾ, ਤੇ ਫਿਰ ਪਛਤਾਇਆ ਕੁਝ ਵੀ ਨਹੀਂ ਬਣਨਾ ਹੈਗਾ। ਜੀ ਬਰੀਤ ਬਿਲਕੁਲ ਸਰ, ਇਸੇ ਚੱਲਦੇ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ 1 ਨਵੰਬਰ ਨੂੰ ਹੋਈ ਮਹਾ ਡਿਬੇਟ ਦੇ ਬਾਰੇ, ਜਿੱਥੇ ਵਿਰੋਧੀ ਪਾਰਟੀਆਂ ਦੇ ਵੱਲੋਂ ਸ਼ਿਰਕਤ ਨਹੀਂ ਸੀ ਕੀਤੀ ਗਈ ਤੇ ਇਕੱਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਹੀ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਸੀ, ਤੇ ਰਵਾਇਤੀ ਪਾਰਟੀਆਂ ਤੇ ਕਈ ਸਵਾਲ ਉਹਨਾਂ ਦੇ ਵੱਲੋਂ ਚੁੱਕੇ ਗਏ ਸੀ ਕਿ ਜਿੰਨੀਆਂ ਵੀ ਪਾਰਟੀਆਂ ਨੇ ਹੁਣ ਤੱਕ ਰਾਜ ਕੀਤਾ ਹੈ ਸਾਰੀਆਂ ਪਾਰਟੀਆਂ ਤੇ ਸਵਾਲ ਚੁੱਕੇ ਗਏ ਸੀ, ਲੇਕਿਨ ਵਿਰੋਧੀ ਧਿਰਾਂ ਬੇਸ਼ੱਕ ਇੱਥੇ ਸ਼ਾਮਲ ਨਹੀਂ ਹੋਈਆਂ, ਲੇਕਿਨ ਇਸ ਨੂੰ ਲੈ ਕੇ ਹੁਣ ਕਈ ਸਵਾਲ ਚੁੱਕਦੀਆਂ ਨਜ਼ਰ ਆ ਰਹੀਆਂ। ਬਿਕਰਮ ਸਿੰਘ ਮਜੀਠੀਆ ਦੀ ਅਗਰ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਤੋਂ, ਜਿਨ੍ਹਾਂ ਦੇ ਵੱਲੋਂ ਇਸ ਮਹਾ ਡਿਬੇਟ ਤੇ ਸਵਾਲ ਚੁੱਕੇ ਗਏ ਹੈ ਕਿ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਵੱਲੋਂ ਹੀ ਇੱਥੇ ਸ਼ਮੂਲੀਅਤ ਕੀਤੀ ਗਈ ਸੀ, ਤੇ ਜਿਹੜੇ ਲੋਕਾਂ ਦੇ ਵੱਲੋਂ ਇਸ ਮਹਾ ਡਿਬੇਟ ਦੇ ਵਿੱਚ ਸ਼ਿਰਕਤ ਕੀਤੀ ਗਈ ਸੀ ਉਹਨਾਂ ਦੀ ਸ਼ਨਾਖਤ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ, ਕੁਝ ਤਸਵੀਰਾਂ ਵੀ ਇੱਕ ਟਵੀਟ ਦੇ ਰਾਹੀਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ, ਕਿਉਂਕਿ ਅਗਰ ਸਵਾਲ ਹੀ ਚੁੱਕਣੇ ਸੀ ਤਾਂ ਵਿਰੋਧੀ ਪਾਰਟੀਆਂ ਉੱਥੇ ਪਹੁੰਚ ਵੀ ਕਰ ਸਕਦੀਆਂ ਸੀ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਤਾਂ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ, ਤਾਂ ਫਿਰ ਹੁਣ ਸੋਸ਼ਲ ਮੀਡੀਆ ਤੇ ਇਹ ਡਿਬੇਟ ਕਰਨ ਦਾ ਕੀ ਫਾਇਦਾ ਹੈ? ਜੀ ਬਿਲਕੁਲ ਜੀ, ਦੋਵੇਂ ਗੱਲਾਂ ਹੀ ਨੇ ਜਿਹੜੇ ਮਤਲਬ ਹੁਣ ਇੱਥੇ ਸਵਾਲ ਚੁੱਕ ਰਹੇ ਆ। ਇਹ ਵੀ ਗੱਲ ਆ ਵੀ ਉਹ ਜੇ ਜਾਂਦੇ ਤਾਂ ਉੱਥੇ ਬੈਠਦੇ ਆਪਦੀ ਗੱਲ ਕਹਿੰਦੇ, ਇਹ ਵੀ ਗੱਲ ਮੰਨਣ ਵਾਲੀ ਸੀਗੀ ਵੀ ਉੱਥੇ ਜਾਣਾ ਸੀਗਾ, ਪਰ ਉੱਥੇ ਮਾਹੌਲ ਕਿਹੋ ਜਿਹਾ ਸੀ ਉਹਨਾਂ ਨੂੰ ਇਹ ਵੀ ਪਤਾ ਸੀਗਾ ਜਿਹੜੀਆਂ ਵਿਰੋਧੀ ਪਾਰਟੀਆਂ ਨੇ। ਹੁਣ ਇਸ ਜਿਹੜੀ ਅੱਜ ਦੀ ਤੁਸੀਂ ਇਹ ਖਬਰ ਸਾਂਝੀ ਕਰ ਰਹੇ ਹੋ, ਇਹਦੇ ਵਿੱਚ ਇੱਕ ਹੋਰ ਵੀ ਖਬਰ ਹੈ ਵੀ ਉੱਥੇ ਜਿਹੜੇ ਇੱਕ ਬਹੁਤ ਵੱਡੇ ਗੀਤਕਾਰ ਨੇ ਬਾਬੂ ਸਿੰਘ ਮਾਨ, ਉਹ ਤਾਂ ਅੰਦਰ ਬੈਠੇ ਸੀਗੇ, ਤੇ ਜਿਹੜਾ ਉਹਨਾਂ ਦਾ ਮੁੰਡਾ ਅਮਿਤੋਜ ਮਾਨ ਹੈ ਉਹਨੂੰ ਐਂਟਰੀ ਦਿੱਤੀ ਨਹੀਂ ਗਈ, ਉਹਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ। ਹੁਣ ਕਿਉਂਕਿ ਪਿਓ ਪੁੱਤ ਦੇ ਜਿਹੜੇ ਮਤਲਬ ਵਿਚਾਰ ਨੇ ਉਹ ਬਖਰੇਵੇਂ ਵਾਲੇ ਨੇਗੇ, ਜਿਹੜਾ ਬਾਪ ਹੈ ਉਹ ਤਾਂ ਇੱਕ ਕਲਾਕਾਰ ਹੈ, ਉਹਦੀ ਤਾਂ ਇੱਕ ਕਲਾਕਾਰਾਂ ਨਾਲ ਸਾਂਝ ਹੈ, ਤੇ ਕਲਾਕਾਰ ਮੁੱਖ ਮੰਤਰੀ ਆ, ਉਹ ਤਾਂ ਉਸ ਖੇਮੇ ਦਾ ਬੰਦਾ, ਉਹ ਬਹਾ ਲਿਆ ਵਿੱਚ ਵੀ ਇਹਦੇ ਕੁਛ ਨੀ ਕਹਿਣਾ, ਇਹਦਾ ਆਪਣਾ ਪੁਰਾਣਾ ਬੰਦਾ ਹੈਗਾ। ਤੇ ਜਿਹੜਾ ਅਮਿਤੋਜ ਮਾਨ ਹੈ ਉਹ ਸਵਾਲ ਕਰਦਾ, ਉਹ ਹਰ ਗੱਲ ਤੇ ਸਵਾਲ ਕਰਦਾ, ਤੇ ਸਵਾਲ ਕਰਨ ਵਾਲਾ ਬੰਦਾ ਉੱਥੇ ਬਣ ਹੀ ਨਹੀਂ ਦਿੱਤਾ ਗਿਆ। ਇਹ ਵੀ ਬਹੁਤ ਵੱਡੀ ਗੱਲ ਆ, ਕਿਉਂਕਿ ਬਹੁਤ ਸਾਰੇ ਪੱਤਰਕਾਰ ਹੈਗੇ
दीपक चनार सर हुणी आ ओ गए सीगे, उन्होंने कहा भी सानू एंट्री दित्ती जावे पर नहीं बन दिता उत्थे उन्होंने गया। तो इस तरह होर बहुत सारे लोग नेगे जिन्हां नूं नहीं बन दिता गया, जिहड़े पंजाब हितैषी लोग सीगे जिहड़े अंदर जाणा चाहुंदे सीगे, गल सुननी चाहुंदे सी, गल करनी चाहुंदे सीगे। ते हुण इहदा मतलब उन्हां दा तां प्लैंड प्रोग्राम सीगा भी उह जिहड़ियां चार कुर्सियां ने उन्हां नूं मुखातब होणा ते उन्हां दे नाल ही गल्लबात करनी आ। उह सारा कुछ अपना एजेंडा तय करके तुरे सीगे ते उह स्क्रिप्टड सीगा सारा कुछ, उसे तरह ही उन्होंने स्टेज ते परफॉर्मेंस आ जिहड़ी उह करती, ते परफॉर्मेंस भगवंत मान उन्हां दी बहुत वधिया पहलां भी रही है, जिंदगी भर च उन्होंने परफॉर्म ही कीता ते उह कमेटी जां होर स्टेजां चलाउणियां बखूबी जाणदे आ। तो स्टेज उन्होंने पूरी वधिया चलाई, खाली कुर्सियां नाल स्टेज चलाउणी वैसे औखी बहुत है, बंदिआं नाल बहस करनी तां सौखी है, खाली कुर्सियां नाल बहस करनी काफी औखा कम है, पर उन्होंने इह औखा कम करके दिखाता भी हाँ बिना बंदिआं तों भी जिहड़ी बहस आ हो सकदी है, क्योंकि बहस लई दो बंदे चाहीदे आ। कहा तां इह जांदा वी जे कोई बहस हुंदी आ उह तां ही हुंदी आ जे दो बंदे होण, कला बंदा तां मैनूं लगदा जी अपना खबरां जां लग जाए तफसील दे विच दसण खबरां नूं विस्तार दे विच ते उह वी सिरे नहीं चाढ़ सकदा जिन्ना चिर उहनूं कोई सवाल करन वाला नहीं ते उह जवाब देण वाला नहीं। इह जिहड़े मतलब अपने प्रोग्राम ने मैनूं लगदा इह वी सही ढंग नाल नहीं चल सकदे जे कला बंदा कहे वी मैं इत्थे बैठ के सारियां गल्लां कर लूं जिहड़ियां तुहाडे नाल कर लैणा तुहाडे नाल ही हुंदियां ने, क्योंकि तुसीं सवाल करोगे तां ही मैं उहदा कोई जवाब देऊंगा। सो कल्ले बंदे नूं इह करना है बहुत औखा कम जिहड़ा मान साहब ने कीता गा। तो उन्होंने कल्या ने डिबेट करती ते श्रोतियां नूं खुश भी कीता, ताड़ियां भी मरवा लियां। ते हुण मतलब जिहड़ा उन्हां ने इहदियां फोटोआं कढ लियां उह बड़ा दिलचस्प मुद्दा कि जिन्हां ने भगवंत सिंह मान उहनां दे जन्म दिन ते कुछ दिन पहलां जिहड़े हैगे खूनदान कैंप लाए उही तस्वीरां उत्थे बैठियां दियां नेगियां। सो इह बड़ी वड्डी गल आ वी आपणे बंदिआं नूं इकट्ठे करके अपनी गल कह देणी आपे ही ताड़ियां मरवा लेनियां। सो इह पंजाबी दी इक कहावत है वी आपे मैं रज्जी पुज्जी ते आपे मेरे बच्चे जीण। सो इह मतलब आपे ही मत्था टेकणा ते आपे ही बुढ सकण कहण वाली गल है। तो इह गल है जिहड़ी इह बाखूबी होई है, लोकां नूं पता हुण लोकां ने हुण बाकी सोशल मीडिया ते भी जिहड़ा देखदे आ उत्थे भी हुण ज्यादातर मतलब इस डिबेट दा उही इक आईटी सैल है जिहड़ा उहनां दा आम आदमी पार्टी दा जां उहनां दे समर्थक नेगे उह भगत नेगे ਉਹ ਬੱਲੇ ਬੱਲੇ ਕਰ ਰਿਹਾ ਵੀ ਬਾਜਵਾ ਭਗਵੰਤ ਮਾਨ ਦਾ ਕੋਈ ਜਵਾਬ ਨਹੀਂ ਹੈਗਾ, ਬਈ ਇਹੀ ਗੱਲ ਕਰ ਸਕਦੇ ਆ ਮਤਲਬ ਟਿਕਾ ਕੇ, ਨਹੀਂ ਤਾਂ ਗੱਲ ਹੀ ਨਹੀਂ ਹੁੰਦੀ ਹੈਗੀ। ਸੋ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਜਿਹੜੇ ਗੱਲਾਂ ਕਰਨ ਵਾਲੇ ਲੋਕ ਨੇਗੇ ਉਹ ਕੋਈ ਤਾਂ ਅੱਜ ਜੇਲ੍ਹ 'ਚ ਬੰਦ ਹੈਗਾ, ਕੋਈ ਕਿਤੇ ਹੈ ਤੇ ਕਿਸੇ ਨੂੰ ਵੜ ਨਹੀਂ ਦਿੱਤਾ ਗਿਆ ਉੱਥੇ। ਸੋ ਇਹ ਵੀ ਇੱਕ ਬਹੁਤ ਵੱਡਾ ਸੱਚ ਹੈ ਜਿਹੜਾ ਸਾਡੇ ਸਾਹਮਣੇ ਆ। ਲੋਕਾਂ ਦੇ ਨਾਲ ਆਪਣੇ ਆਪ ਨੂੰ ਖੁਸ਼ ਕਰਨ ਨਾਲ ਮੈਨੂੰ ਲੱਗਦਾ ਵੀ ਸ਼ਾਇਦ ਉਹੀ ਗੱਲ ਹੁੰਦੀ ਹੈ ਵੀ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ। ਤੋ ਆਪਣੇ ਆਪ ਨੂੰ ਖੁਸ਼ ਕਰ ਲੈਣਾ ਇੱਕ ਵੱਖਰੀ ਗੱਲ ਹੈ, ਆਪਣੀ ਬੱਲੇ ਬੱਲੇ ਕਰਵਾ ਲੈਣੀ ਆਪਣੇ ਲੋਕਾਂ ਤੋਂ ਇੱਕ ਵੱਖਰੀ ਗੱਲ ਹੈ, ਤੇ ਲੋਕਾਂ ਦੇ ਨਾਲ ਜਿਹੜੀ ਗੱਲ ਲੋਕਾਂ ਦੀ ਮਤਲਬ ਕਰਨੀ ਹੈ ਉਹ ਭਗਵੰਤ ਸਿੰਘ ਮਾਨ ਉਹਨਾਂ ਦੇ ਸ਼ਬਦਾਂ ਦੇ ਵਿੱਚ ਹੀ ਕਹਿ ਦੇ ਦਈਏ ਵੀ ਜੋ ਤਾਂ ਮੁਰਗੇ ਕੇ ਸਿਰ ਪੇ ਵੀ ਤਾਜ ਹੋਤਾ ਹੈ ਜੀ, ਤੇ ਉਹੀ ਕਹਿੰਦੇ ਹੁੰਦੇ ਆ ਵੀ ਰਾਜ ਕਹਿੰਦੇ ਉਹੀ ਕਰਦੇ ਆ ਜਿਹਨਾਂ ਦਾ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਹੁੰਦਾ ਹੈ। ਸੋ ਮਤਲਬ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਨਾ ਜਿਹੜਾ ਉਹ ਇੱਕ ਵੱਖਰੀ ਗੱਲ ਹੈ, ਉਹ ਇੱਕ ਵਾਰ ਤਾਂ ਮੌਕਾ ਮਿਲ ਗਿਆ ਤੇ ਮੌਕਾ ਇਹਨਾਂ ਨੂੰ ਆਪਣੇ ਕਰਕੇ ਨਹੀਂ ਮਿਲਿਆ ਸੀ, ਉਹ ਮੌਕਾ ਉਹਨਾਂ ਜਿਹੜੇ ਜਿਹਨਾਂ ਦੀ ਗੱਲ ਕਰਦੇ ਵੀ ਉਹ ਗਦਾਰ ਸੀਗੇ ਉਹਨਾਂ ਗਦਾਰਾਂ ਕਰਕੇ ਮਿਲਿਆ। ਹੁਣ ਜਿਹੜਾ ਮੌਕਾ ਲੈਣਾ ਨਾ ਹੁਣ ਇਹ ਆਪਣੇ ਕਰਕੇ ਮਿਲਣਾ ਤੇ ਉਹਦੇ ਲਈ ਕੰਮ ਕਰਨਾ ਪੈਣਾ, ਉਹਦੇ ਲਈ ਪੁਰਾਣਿਆਂ ਨੂੰ ਭੰਡ ਕੇ ਜਿਹੜੀ ਗੱਲ ਆ ਉਹ ਸਿਰੇ ਨਹੀਂ ਚੜ੍ਹਨੀ। ਇਹ ਮਤਲਬ ਕਾਂਠ ਦੀ ਹਾਂਡੀ ਆ ਜਿਹੜੀ ਕਹਿੰਦੇ ਹੁੰਦੇ ਆ ਵਾਰ ਵਾਰ ਨਹੀਂ ਚੜ੍ਹਦੀ, ਇੱਕ ਅੱਧੀ ਵਾਰੀ ਤਾਂ ਚੜ੍ਹ ਜਾਂਦੀ ਹੈ ਤੇ ਦੁਬਾਰੇ ਤਾਂ ਹੁਣ ਕੁਛ ਨਾ ਕੁਛ ਕੱਟਣਾ ਹੀ ਪੈਣਾ। ਜੇ ਹੁਣ ਉਹਦੇ ਵਿੱਚ ਮਤਲਬ ਬੋਝੇ ਦੇ ਵਿੱਚ ਨਾ ਉਹ ਹੋਣਗੇ ਉਹ ਜਿਹੜੇ ਚਰਖੇ ਦੇ ਪੱਟੇ ਚੱਲਦੇ ਹੁੰਦੇ ਆ ਤੇ ਉਹ ਇਹਨਾਂ ਨੂੰ ਰੱਖਣੇ ਹੀ ਪੈਣਾ, ਹੁਣ ਕੁਛ ਨਾ ਕੁਛ ਤਾਂ ਇਹਨਾਂ ਨੂੰ ਗਲੋਟੇ ਕੱਟਣੇ ਪੈਣਗੇ। ਜੇ ਗਲੋਟੇ ਨਾ ਕੱਟੇ ਤਾਂ ਫਿਰ ਬੋਝਾ ਖਾਲੀ ਰਹਿ ਜਾਣਾ ਗਾਹਾਂ ਜਿਹੜੇ। ਹਾਂਜੀ, ਤੋ ਇਹ ਕੰਮ ਕਰਨਾ ਹੀ ਪੈਣਾ ਜੀ। ਬਿਲਕੁਲ ਬਿਲਕੁਲ। ਸੋ ਇਸੇ ਦੇ ਚਲਦੇ ਸਰ ਵਾਰਾਣਸੀ ਤੋਂ ਵੀ IIT BHU ਦਾ ਇੱਕ ਕਾਫੀ ਹੰਗਾਮਾ ਸਾਹਮਣੇ ਆਇਆ ਸੀ ਕਿ ਹਜ਼ਾਰਾਂ ਵਿਦਿਆਰਥੀਆਂ ਦੇ ਵੱਲੋਂ ਉੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ, ਉੱਥੇ ਦੇ ਕਾਲਜ ਜੋ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ, ਕਿਉਂਕਿ ਵਿਦਿਆਰਥਣਾ ਜੋ ਹੈ ਉੱਥੇ ਸੁਰੱਖਿਅਤ ਹੀ ਨਹੀਂ ਹੈ। ਕੁਝ ਦਿਨ ਪਹਿਲਾਂ ਵੀ ਮਾਮਲਾ ਸਾਹਮਣੇ ਆਇਆ ਸੀ ਛੇੜਛਾੜ ਦਾ, ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਦੇ ਵੱਲੋਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਵਾਇਆ ਗਿਆ ਸੀ।
लेकिन हाल ही ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਹਥਿਆਰਾਂ ਦੀ ਨੋਕ ਤੇ ਇੱਕ ਵਿਦਿਆਰਥਣ ਦੇ ਨਾਲ ਬਹੁਤ ਹੀ ਘਿਨੌਣੀ ਹਰਕਤ ਕੀਤੀ ਗਈ ਹੈ, ਛੇੜਛਾੜ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸੋ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਸਮਾਜ ਆਖਿਰ ਚੱਲ ਕਿਹੜੇ ਪਾਸੇ ਨੂੰ ਰਿਹਾ ਹੈ? ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੀ ਭਾਜਪਾ ਜਿਹੜੀ ਕਹਿੰਦੀ ਹੈ ਕਿ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਾਂਗਾ, ਤੇ ਉਹ ਸੂਬਾ ਜਿਹਦੇ ਮੁੱਖ ਮੰਤਰੀ ਨੂੰ ਕਿਹਾ ਜਾਂਦਾ ਵੀ ਉਹ ਬਰਡੋਜਰ ਬਾਬਾ ਹੈ, ਉਹ ਮਤਲਬ ਉਹਦੇ ਰਾਜ ਦੇ ਵਿੱਚ ਕੋਈ ਇੱਧਰ ਉੱਧਰ ਗੱਲ ਨਹੀਂ ਹੋ ਸਕਦੀ ਹੈਗੀ, ਹਿੰਦੂ ਸਮਰਾਟ ਹੈ ਅਦਿੱਤਿਆਨਾਥ ਜੋਗੀ ਉਹਦੇ ਰਾਜ ਦੇ ਵਿੱਚ। ਤੇ ਫਿਰ ਅੱਗੇ ਗਾਹਾਂ ਤੁਸੀਂ ਜਿਹੜਾ ਚੌਂਕ ਹੈ ਉਹ ਹੈ ਕਾਂਸੀ ਹਿੰਦੂ ਯੂਨੀਵਰਸਿਟੀ ਦਾ ITI ਚੌਂਕ। ਸੋ ਸਾਰੀਆਂ ਗੱਲਾਂ ਦੇਖੋ ਕਿੱਧਰ ਨੂੰ ਜੁੜਦੀਆਂ, ਉੱਥੇ ਜਾ ਕੇ ਮਾਮਲਾ ਵਾਪਰਦਾ। ਤੇ ਫਿਰ ਇਹ ਹੁਣ ਕਿਹੋ ਜਿਹੇ ਰਾਜ ਦੀ ਤਸਵੀਰ ਹੈ ਜਿਹੜੀ ਪੇਸ਼ ਕੀਤੀ ਜਾ ਰਹੀ ਹੈ, ਯੂਪੀ ਦੇ ਵਿੱਚੋਂ ਕਿਹੋ ਜਿਹਾ ਰਾਜ ਹੈ ਜਿਹਨੂੰ ਕਿਹਾ ਜਾਂਦਾ ਲੋਕ ਸਾਡੇ ਆਮ ਲੋਕ, ਮਤਲਬ ਸਾਡੇ ਵੀ ਇਹ ਗੱਲ ਬੜੀ ਪ੍ਰਚਾਰੀ ਗਈ ਸੀਗੀ ਪਿਛਲੇ ਸਮੇਂ ਦੌਰਾਨ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਕਿ ਜੋਗੀ ਵਰਗਾ ਚਾਹੀਦਾ ਜੀ ਮੁੱਖ ਮੰਤਰੀ, ਉਹ ਟਕਾ ਕਰੂਗਾ, ਉਹਦੇ ਉਹਨੇ ਕ੍ਰਾਈਮ ਖਤਮ ਕਰਤਾ ਯੂਪੀ ਦੇ ਵਿੱਚੋਂ। ਸੋ ਇਹ ਯੂਪੀ ਦੀ ਖਬਰ ਹੈ ਤੇ ਵਾਰਾਣਸੀ ਦੇ ਵਿੱਚ ਜਿਹੜਾ ਕੁਝ ਹੋਇਆ ਉਹ ਵੀ ਉੱਥੇ ਜਿੱਥੇ ਅਸੀਂ ਮਤਲਬ ਉਹ ਬੜਾ ਪਵਿੱਤਰ ਸ਼ਹਿਰ ਜਿਹਨੂੰ ਅਸੀਂ ਮੰਨਦੇ ਹਾਂ ਉਹਦੇ ਵਿੱਚ, ਜਿਹਨੂੰ ਦੁਨੀਆਂ ਦੇ ਵਿੱਚ ਅਸੀਂ ਦੁਨੀਆਂ ਦੇ ਨਕਸ਼ੇ ਤੇ ਲਿਆਉਣ ਦੀ ਗੱਲ ਕਰ ਰਹੇ ਹਾਂਗੇ, ਸੋ ਉਸ ਸ਼ਹਿਰ ਦੇ ਵਿੱਚ ਜਿੱਥੋਂ ਸ਼ਾਇਦ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ MP ਰਹੇ ਨੇਗੇ, ਉਸ ਇਲਾਕੇ ਦੀਆਂ ਗੱਲਾਂ ਨੇ ਇਹ। ਤੇ ਉੱਥੇ ਮਤਲਬ ਬੁੱਧਵਾਰ ਦੇਰ ਰਾਤ ਨੂੰ ਇਹ ਕੋਈ ਇੱਕ ਲੜਕੀ ਆਪਣੇ ਦੋਸਤ ਦੇ ਨਾਲ ਉੱਥੇ ਜਾ ਰਹੀ ਸੀਗੀ ਤੇ ਉਹਨੂੰ ਕੁਝ ਬਦਮਾਸ਼ਾਂ ਨੇ ਘੇਰ ਕੇ ਮਤਲਬ ਇਹ ਜਿਹੜੀ ਮਾੜੀ ਘਟਨਾ ਗਈ ਅੰਜਾਮ ਜਿਹੜੀ ਦੱਸਣ ਦੇ ਲਾਇਕ ਵੀ ਨਹੀਂ ਹੈ ਇਸ ਤਰ੍ਹਾਂ ਦੀ ਘਟਨਾ ਉਸ ਬੀਬੀ ਦੇ ਨਾਲ ਕੀਤੀ ਹੈਗੀ। ਸੋ ਇਹ ਕਿਹਾ ਜਾਂਦਾ ਹੈ ਵੀ ਉਹ ਮੋਟਰਸਾਈਕਲ ਤੇ ਸਵਾਰ ਸੀਗੇ ਜਿਹੜੇ 3-4 ਬੰਦੇ ਆ, ਪਿਸਤੌਲ ਦੀ ਨੋਕ ਤੇ ਉਹਨਾਂ ਨੇ ਉਹ ਲੜਕੀ ਨੂੰ ਉੱਥੇ ਘੇਰ ਲਿਆ, ਉਹਦੇ ਨਾਲ ਜਿਹੜੀ ਬਦਸਲੂਕੀ ਕੀਤੀ ਤਾਂ ਕੀਤੀ, ਉਹਦੇ ਕੱਪੜੇ ਫਾੜ ਕੇ ਤੇ ਉਹਨੂੰ ਨਗਨ ਕਰਕੇ ਉਹਦੀ ਵੀਡੀਓ ਵੀ ਬਣਾਈ। ਸੋ 10-15 ਮਿੰਟ ਤੱਕ ਉਹ ਉਸ ਬੀਬੀ ਦੇ ਨਾਲ ਉੱਥੇ ਜਿਹੜਾ ਇਸ ਤਰ੍ਹਾਂ ਦਾ ਧੱਕਾ ਉਹ ਉਹਨਾਂ ਬਦਮਾਸ਼ਾਂ ਨੇ ਕੀਤਾ ਗਾ, ਉਹਨੂੰ ਬੰਧਕ ਬਣਾ ਕੇ। ਤੇ ਉਸ ਤੋਂ ਬਾਅਦ ਮਤਲਬ ਹੁਣ ਕਹਿ ਰਹੇ ਆ ਵੀ ITI ਮਤਲਬ ਪ੍ਰਸ਼ਾਸਨ ਆ ਜਿਹੜਾ ਉਹ ਚੌਕਸ ਹੋ ਗਿਆ ਇਹਨਾਂ ਛੇੜਖਾਨੀਆਂ ਦੇ ਖਿਲਾਫ਼। ਸੋ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇਗੀਆਂ ਤੇ ਪਰ ਜਦੋਂ ਘਟਨਾ ਵਾਪਰ ਜਾਂਦੀ ਆ ਉਸ ਤੋਂ ਬਾਅਦ ਮਤਲਬ ਕੁਝ ਵੀ ਆਪਾਂ ਕਹਿ ਸਕਦੇ ਹਾਂ ਵੀ ਫਿਰ ਉਹਦੀ ਚੌਕਸੀ ਆ ਜਾਂ ਕੁਝ ਨਹੀਂ ਆ, ਉਹ ਇੱਕ ਮਾਇਨੇ ਨਹੀਂ ਰੱਖਦੀ ਹੈ ਗੱਲ। ਗੱਲ ਤਾਂ ਉਹਨਾਂ ਤੇ ਹੀ ਆ ਵੀ ਜਿੰਨਾ ਚਿਰ ਇਸ ਤਰ੍ਹਾਂ ਦੀਆਂ ਘਟਨਾਵਾਂ, ਜੇ ਅਸੀਂ ਮਤਲਬ ਆਪਣੀਆਂ ਧੀਆਂ ਭੈਣਾਂ ਨੂੰ ਸੁਰੱਖਿਆ ਨਹੀਂ ਦੇ ਸਕਦੀ ਜਿਹੜੀ ਸਰਕਾਰ ਜਾਂ ਜਿਹਦੇ ਸਰਕਾਰ ਦੇ ਰਾਜ ਦੇ ਵਿੱਚ, ਤੇ ਫਿਰ ਉਹ ਕਿਹੋ ਜਿਹਾ ਮਾਡਲ ਆ ਜਿਹੜਾ ਸਾਨੂੰ ਦੇ ਰਿਹਾ ਵੀ ਇਹ ਇਸ ਤਰ੍ਹਾਂ ਦਾ ਰਾਜ ਆ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਹੋਣਾ ਚਾਹੀਦਾ। ਸੋ ਇਹ ਗੱਲ ਉੱਥੋਂ ਤੋਂ ਬਾਅਦ ਮਤਲਬ ਇੱਥੋਂ ਦੇ ਜਿਹੜੇ ਵਿਦਿਆਰਥੀ ਹੈਗੇ ਫਿਰ ਇਹ BHU ਦੇ ਇਹਨਾਂ ਨੇ ਉੱਥੇ ਨਾਰੇਬਾਜ਼ੀ ਵੀ ਕੀਤੀ ਆ, ਜਾਮ ਲਾਇਆ ਗਾ, ਕਾਫੀ ਵਿਰੋਧ ਹੋ ਰਿਹਾ ਹੈਗਾ, ਕਾਫੀ ਕੁਝ ਇਹ ਮਤਲਬ ਹੈਗਾ ਸਭ ਤੋਂ ਵੱਡਾ ਅਪਰਾਧ ਜਿਹੜਾ ਮੰਨਿਆ ਉੱਥੇ ਲੋਕਾਂ ਦਾ ਕਹਿਣਾ ਵਿਦਿਆਰਥੀਆਂ ਦੇ ਵੀ ਇਸ ਤਰ੍ਹਾਂ ਦਾ ਅਪਰਾਧ ਪਹਿਲਾਂ ਕਦੇ ਨਹੀਂ ਹੋਇਆ ਹੈਗਾ, ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ। ਸੋ ਇਹ ਉਹਨਾਂ ਨੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਕੈਂਪਸ ਬੰਦ ਕਰਨ ਦੀ ਵੀ ਮੰਗ ਆ ਜਿਹੜੀ ਇਹ ਰੱਖੀ ਹੈਗੀ। ਸੋ ਇਹ ਜਿਹੜੀਆਂ ਘਟਨਾਵਾਂ ਨੇ ਵਾਕਈ ਇਹ ਸਾਡੇ ਮੁਲਕ ਤੇ ਸਾਡੇ ਸਮਾਜ ਦੇ ਉੱਪਰ ਇੱਕ ਕਾਲਾ ਧੱਬਾ ਨੇ ਜੀ। ਇਹਦੇ ਵਿੱਚ ਮਤਲਬ ਅਸੀਂ ਸਮਾਜ ਦੀ ਵੀ ਗੱਲ ਕਰਦੇ ਹਾਂ, ਸੋ ਅਸੀਂ ਆਹ ਅੱਜ 3 ਨਵੰਬਰ ਨੂੰ ਗੱਲ ਕਰ ਰਹੇ ਹਾਂ, ਇਹ ਤਾਂ ਇੱਕ ਧੀ ਦੀ ਗੱਲ ਹੈਗੀ ਤੇ 1984 ਦੇ ਵਿੱਚ ਹਜ਼ਾਰਾਂ ਧੀਆਂ ਦੇ ਨਾਲ ਇਹੋ ਜਿਹਾ ਕੁਝ ਆ ਜਿਹੜਾ ਉਹ ਵਾਪਰਿਆਗਾ, ਉਹ ਵੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ। ਸੋ 3 ਨਵੰਬਰ ਵਾਲਾ ਦਿਨ 1984 ਦਾ ਜਿਹੜਾ ਉਹ ਕਿਸੇ ਨੂੰ ਭੁੱਲਿਆ ਨੀ ਹੈਗਾ, ਪੂਰੇ ਮੁਲਕ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜੇ ਹਾਲਾਤ ਆ ਉਹ ਪੈਦਾ ਹੋਏ ਸੀਗੇ। ਸੋ ਉਦੋਂ ਵੀ ਸ਼ਾਇਦ ਸਰਕਾਰਾਂ ਇਸੇ ਤਰ੍ਹਾਂ ਵੋਟਾਂ ਲੈਣੀਆਂ ਚਾਹੁੰਦੀਆਂ ਸੀਗੀਆਂ, ਇੱਕ ਸਿੱਖਾਂ ਦੇ ਖਿਲਾਫ ਇੱਕ ਤਰ੍ਹਾਂ ਦਾ ਨੈਰੇਟਿਵ ਸਿਰਜ ਕੇ ਪੂਰੇ ਦੇਸ਼ ਦੇ ਵਿੱਚ, ਤੇ ਉਹ ਸੱਤਾ ਹਾਸਲ ਕਰਨ ਲਈ ਚਾਹੁੰਦੀਆਂ ਸੀਗੀਆਂ, ਜਿਹਦੇ ਲਈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਪੈਦਾ ਕੀਤਾ ਗਿਆ। 3 ਦਿਨ ਪੂਰੀ ਖੁੱਲ ਦਿੱਤੀ ਗਈ, 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜਿਹੜੇ ਅਪਰਾਧੀਆਂ ਨੂੰ ਕਹਿ ਦਈਏ, ਦੰਗਾਕਾਰੀਆਂ ਨੂੰ ਕਹਿ ਦਈਏ, ਗੁੰਡਿਆਂ ਨੂੰ ਕਹਿ ਦਈਏ, ਉਹਨਾਂ ਨੂੰ ਇਕੱਠੇ ਕਰ ਕਰਕੇ ਲਿਜਾ ਲਿਜਾ ਕੇ ਸਾਡੇ ਸਿਆਸੀ ਆਗੂਆਂ ਨੇ ਦਿੱਲੀ ਦੇ ਵਿੱਚ ਛੱਡਿਆ ਸੀਗਾ। ਸੋ ਅੱਜ ਇਹ ਜਦੋਂ ਅਸੀਂ ਗੱਲ ਇੱਕ ਮਤਲਬ ਕਾਂਸੀ ਯੂਨੀਵਰਸਿਟੀ ਦੇ ਇਸ ਵਿਦਿਆਰਥਣ ਦੀ ਇੱਕ ਗੱਲ ਦਾ ਜ਼ਿਕਰ ਕਰਦੇ ਹਾਂ ਤਾਂ ਸਾਨੂੰ ਉਹ ਹਜ਼ਾਰਾਂ ਧੀਆਂ ਦੀ ਬੇਪਤੀ ਹੋਈ ਵੀ ਯਾਦ ਰੱਖਣੀ ਪੈਂਦੀ ਆ ਜਾਂ ਚੇਤੇ ਆਉਂਦੀ ਹੈ, ਜਿਹੜੀ ਆ ਦਿੱਲੀ ਦੀਆਂ ਸੜਕਾਂ ਦੇ ਉੱਪਰ ਹੋਈ ਸੀ ਔਰ ਪ੍ਰਸ਼ਾਸਨ ਨੇ ਉਹਨੂੰ ਮੂਕ ਦਰਸ਼ਕ ਬਣ ਕੇ ਦੇਖਿਆ ਸੀ, ਦੇਖਿਆ ਹੀ ਨਹੀਂ, ਸਗੋਂ ਗੁੰਡਿਆਂ ਦੇ ਨਾਲ
ਮਤਲਬ ਮਿਲ ਕੇ ਹੱਲਾਸ਼ੇਰੀ ਦਿੱਤੀ, ਗੁੰਡਿਆਂ ਦਾ ਸਾਥ ਦਿੱਤਾ ਔਰ ਸਾਡੇ ਰਾਜਨੀਤਿਕ ਨੇਤਾਵਾਂ ਨੇ ਉਹ ਬਾਹਰੋਂ ਲੋਕਾਂ ਨੂੰ ਲਿਆ ਕੇ ਇਹ ਕੁਝ ਕਰਵਾਇਆ ਸੀਗਾ। ਸੋ ਇਸ ਮੁਲਕ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀ ਮਾਨਸਿਕਤਾ ਉਹ ਜਿਹੋ ਜਿਹੀ 1984 ਚ ਸੀਗੀ ਉਹੋ ਜਿਹੀ ਮੈਨੂੰ ਤਾਂ ਅੱਜ ਦਿਖਾਈ ਦਿੰਦੀ ਹੈ ਵਾਰਾਣਸੀ ਵਾਲੀ। ਇਸ ਘਟਨਾ ਨੂੰ ਦੇਖ ਕੇ ਵੀ ਉਹ ਲੋਕ ਉਹ ਕਿਤੇ ਨਹੀਂ ਗਏ ਹੈਗੇ, ਉਹ ਅਜੇ ਵੀ ਸਮਾਜ ਦੇ ਵਿੱਚ ਉਹ ਸੋਚ ਆ ਜਿਹੜੀ ਉਸੇ ਤਰ੍ਹਾਂ ਖੜੀ ਹੈ। ਉਹ ਜਦੋਂ ਮੌਕਾ ਮਿਲਦਾ ਉਦੋਂ ਉਹ ਹਲਕੇ ਕੁੱਤੇ ਨੂੰ ਉਹ ਜਿਹੜੇ ਲੋਕ ਨੇ ਉਹ ਬਾਹਰ ਆ ਜਾਂਦੇ ਨੇਗੇ। ਜੀਵਨੀ ਬਿਲਕੁਲ, ਕਿਉਂਕਿ ਘਟਨਾ ਵਾਪਰਨ ਤੋਂ ਬਾਅਦ ਕਿਤੇ ਨਾ ਕਿਤੇ ਅਣਪਛਾਤੇ ਲੋਕ ਦੱਸ ਦਿੱਤਾ ਜਾਂਦਾ ਉਹਨਾਂ ਨੂੰ, ਜਾਂ ਫਿਰ ਮੌਬ ਲਿੰਚਿੰਗ ਦੱਸ ਦਿੱਤਾ ਜਾਂਦਾ ਆਪਾਂ ਕਹਿ ਸਕਦੇ ਹਾਂ ਕਿ, ਕਿਉਂਕਿ ਮਣੀਪੁਰ ਵਾਲੀ ਘਟਨਾ ਦੇ ਵਿੱਚ ਵੀ ਇਹੀ ਸਭ ਹੋਇਆ ਸੀ। ਬਿਲਕੁਲ ਜੀ, ਦੇਖੋ ਤੁਸੀਂ ਕਮਾਲ ਦੀ ਗੱਲ ਆ ਵੀ ਆਪਾਂ 1984, ਅੱਜ 3 ਨਵੰਬਰ ਆ, ਗੱਲ 1984 ਦੀ ਚੱਲ ਪਈ ਆ ਤੇ ਉੱਥੇ ਕਿਹਨੂੰ ਸਜ਼ਾ ਦਿੱਤੀ ਗਈ ਹੈ, ਇੱਕ ਬੰਦੇ ਨੂੰ ਵੀ, ਕਿਸੇ ਨੂੰ ਫਾਂਸੀ ਦਿੱਤੀ ਗਈ ਹੈ। ਇੰਨਾ ਮਤਲਬ ਕਿੰਨਾ, ਸਰਕਾਰੀ ਰਿਕਾਰਡ ਦੇ ਮੁਤਾਬਕ ਕੀ ਕਹਿੰਦੇ ਆ ਵੀ 3,000 ਸਿੱਖ ਮਾਰਿਆ ਗਿਆ ਸੀਗਾ, ਤੇ ਉਹ ਹਾਲਾਂਕਿ ਉਹ ਕਿਤੇ ਬਹੁਤੀ ਵੱਡੀ ਗਿਣਤੀ ਹੈ ਵੈਸੇ ਤਾਂ ਸਰਕਾਰ ਜਿਹੜੇ ਅੰਕੜੇ ਨੇ ਉਹ ਤਾਂ ਛੋਟੀ ਜਿਹੀ ਗੱਲ ਆ, ਕਿੰਨੇ ਲੋਕ ਮਾਰੇ ਗਏ ਪਰ ਕਿਸੇ ਬੰਦੇ ਨੂੰ ਕੋਈ ਸਜ਼ਾ ਹੋਈ ਅੱਜ ਤੱਕ ਨਹੀਂ ਹੋਈ ਹੈਗੀ। ਅੱਜ ਤੱਕ ਮਤਲਬ ਉਹ ਜਿਹੜੇ ਬੰਦੇ ਦੋਸ਼ੀ ਪਾਏ ਗਏ ਉਹ ਕੋਈ ਮੁੱਖ ਮੰਤਰੀ ਬਣਿਆ ਬੈਠਾ, ਕੋਈ ਮੰਤਰੀ ਬਣਿਆ ਬੈਠਾ, ਕੋਈ MP ਬਣਿਆ ਬੈਠਾ, ਕੋਈ MLA ਬਣਿਆ ਬੈਠਾ। ਸੋ ਇਹ ਇਹ ਮਤਲਬ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਵੀ ਉਦੋਂ ਮੌਕੇ ਤੇ ਫਿਰ ਜਦੋਂ ਪ੍ਰਸ਼ਾਸਨ ਨਾਲ ਹੋਵੇ ਜੀ ਫਿਰ ਕਿਹਨੇ ਸਜ਼ਾ ਦੇਣੀ ਹੈ, ਸਰਕਾਰਾਂ ਨਾਲ, ਸਰਕਾਰਾਂ ਖੁਦ ਕਰਾਉਂਦੀਆਂ ਹੁਣ ਜਦੋਂ ਇਹੋ ਜਿਹੇ ਕੰਮ ਫਿਰ ਸਜ਼ਾ ਕਿਹਨੇ ਦੇਣੀ ਹੈ ਜੀ। ਜੀ, ਸੋ ਇਸੇ ਦੇ ਚਲਦੇ ਸਰ SYL ਦੇ ਮੁੱਦੇ ਨੂੰ ਲੈ ਕੇ ਇੱਕ ਹੋਰ ਆਖਰੀ ਖਬਰ ਮੈਂ ਸਾਂਝੀ ਕਰਨੀ ਚਾਹੂੰਗੀ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਰਵਾ ਚੌਥ ਵਾਲੇ ਦਿਨ ਤੋਂ ਲੈ ਕੇ, ਤਾਂ ਜਿੰਨੀਆਂ ਵੀ ਆਪਾਂ ਕਹਿ ਸਕਦੇ ਹਾਂ ਕਿ ਹਰਿਆਣਾ ਤੋਂ ਕੁਝ ਵੀਡੀਓ ਵਾਇਰਲ ਹੋਈਆਂ ਔਰਤਾਂ ਦੇ ਵੱਲੋਂ ਵਰਤ ਤੋੜਨ ਵੇਲੇ ਇਸ ਚੀਜ਼ ਦਾ ਪ੍ਰਣ ਲਿਆ ਗਿਆ ਕਿ ਅਗਲੀ ਵਾਰ ਜਦੋਂ ਵਰਤ ਤੋੜਨਗੀਆਂ ਤਾਂ SYL ਦੇ ਪਾਣੀ ਦੇ ਨਾਲ ਵਰਤ ਤੋੜਨਗੀਆਂ, ਤਾਂ ਉਹਨਾਂ ਦੇ ਜੋ ਪਤੀ ਆ ਉਹਨਾਂ ਦੇ ਵੱਲੋਂ ਵੀ SYL ਦੇ ਮੁੱਦੇ ਨੂੰ ਇੱਕ ਧਰਮ ਯੁੱਧ ਦਾ ਨਾਮ ਦਿੱਤਾ ਗਿਆ। ਸੋ ਇਸ ਪੂਰੇ ਵੀਡੀਓਜ਼ ਜੋ ਵਾਇਰਲ ਹੋਈਆਂ ਕੀ ਕਹੋਗੇ ਇਹਦੇ ਬਾਰੇ, ਕਿਉਂਕਿ ਜਿੰਨੀਆਂ ਵੀ ਵੀਡੀਓ ਆ ਉਸ ਦੇ ਵਿੱਚ ਇੱਕ ਚੀਜ਼ ਤੁਸੀਂ ਨੋਟਿਸ ਕੀਤੀ ਹੋਣੀ ਹੈ ਕਿ ਸਭ ਦੇ ਵੱਲੋਂ ਸੇਮ ਲਾਈਨਾਂ ਬੋਲੀਆਂ ਗਈਆਂ, ਕਿਤੇ ਨਾ ਕਿਤੇ ਸਕ੍ਰਿਪਟਡ ਨਹੀਂ ਲੱਗ ਰਿਹਾ ਤੁਹਾਨੂੰ ਕਿ ਹੋ ਸਕਦਾ ਕਿ ਭੜਕਾਉਣ ਦੀ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ? ਬਿਲਕੁਲ ਜੀ, ਉਹ ਮੈਂ ਵੀਡੀਓ ਬੜੇ ਧਿਆਨ ਨਾਲ ਦੇਖੀ ਆ ਤੁਹਾਡੀ ਵੀ, ਉਹ ਖਬਰ ਤੁਸੀਂ ਉਹਦੀ ਰਿਪੋਰਟਿੰਗ ਕੀਤੀ ਆ ਉਹ ਵੀ ਮੈਂ ਚੰਗੀ ਤਰ੍ਹਾਂ ਉਹਨੂੰ ਭੁੱਖਿਆ ਪੜਤਾਲਿਆ ਦੇਖਿਆ ਗਾ। ਉਹ ਅੱਜ ਕਈ ਵਾਰ ਦੇਖੀ, ਇੱਕ ਵਾਰ ਨਹੀਂ, ਮੈਂ ਕਈ ਵਾਰ ਉਹਨੂੰ ਦੇਖਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਪਹਿਲਾਂ ਤਾਂ ਮੈਨੂੰ ਨਿਕਲ ਗਿਆ ਵੀ ਉਹ ਸਾਰੀਆਂ ਬੀਬੀਆਂ ਦੇ ਵਿੱਚੋਂ ਕੋਈ ਬੀਬੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਨਹੀਂ ਹੈਗੀ। ਉਹ ਕੋਈ ਹੋਰ ਹੀ ਨੇ, ਕਿਉਂਕਿ ਜਿਹਨਾਂ ਨੂੰ ਪਾਣੀ ਦਾ ਪਤਾ ਨਾ ਵੀ SYL ਨਹਿਰ ਦਾ ਪਾਣੀ ਤਾਂ ਖੇਤਾਂ 'ਚ ਜਾਣਾ, ਉਹ ਕਿਹੜੇ ਖੇਤਾਂ 'ਚ ਜਾਣਾ ਜਾਂ ਕਿੱਥੇ ਜਾਣਾ ਉਹ ਉਹਨਾਂ ਨੂੰ ਕੋਈ ਪਤਾ ਨਹੀਂ। ਉਹਨਾਂ ਦਾ ਇਹ ਆ ਵੀ ਪੀਣਾ ਹੈ ਪਾਣੀ, ਉਹ ਪੀਣ ਵਾਲਾ ਪਾਣੀ ਹੈ ਵੀ ਸਾਨੂੰ ਪੀਣ ਨੂੰ ਪਾਣੀ ਮਿਲਣਾ ਉਹਦੇ ਵਿੱਚੋਂ। ਸੋ ਉਹ ਮਤਲਬ ਇਹ ਗੱਲ ਹੈ ਜਿਹੜੀ ਉਹ ਚ ਲੱਗਦਾ ਵੀ ਨਾ ਹੀ ਉਹ ਜਿਹੜੇ ਉਹਨਾਂ ਦੇ ਪਤੀ ਦੇਵ ਨਾਲ ਖੜੇ ਦਿਖਾਈ ਦਿੱਤੇ ਉਹਨਾਂ ਚ ਕੋਈ ਕਿਸਾਨ ਲੱਗਿਆ। ਸੋ ਇੱਕ ਤਰ੍ਹਾਂ ਦੇ ਨਾਲ ਪੂਰੀ ਪਲਾਨ ਦੇ ਨਾਲ ਬਣਾਈ ਗਈ ਵੀਡੀਓ ਹੈ। ਸੋ ਇਹ ਮਤਲਬ ਸਾਡੇ ਮੁਲਕ ਦਾ ਤਾਂ ਵਨੀਤ, ਸੋਸ਼ਲ ਮੀਡੀਆ ਦੀ ਗੱਲ ਛੱਡੋ ਤੁਸੀਂ, ਜਿਹੜਾ ਦੂਜਾ ਮੀਡੀਆ ਹੈਗਾ ਜਿਹੜਾ ਨੈਸ਼ਨਲ ਮੀਡੀਆ ਨਾ, ਉਹ ਵੀ ਇਸੇ ਤਰ੍ਹਾਂ ਜਿਹੜਾ ਸਕ੍ਰਿਪਟਡ ਮਤਲਬ ਉਹ ਤੇ ਚੱਲ ਰਿਹਾ ਹੈਗਾ। ਮੈਂ ਕਈ ਵਾਰ ਨੋਟਿਸ ਕਰਦਾ ਹੁੰਦਾ ਵੀ ਇੱਕੋ ਹੀ ਖਬਰ ਹੈ ਜਿਹੜੀ ਉਹੀ ਸਾਰੇ ਨੈਸ਼ਨਲ ਚੈਨਲਾਂ ਤੇ ਉਹੀ ਮੁੱਦਾ ਭਖਿਆ ਹੁੰਦਾ ਹੈਗਾ। ਮਤਲਬ ਇਹ ਕਮਾਲ ਦੀ ਗੱਲ ਨਹੀਂ ਹੈਗੀ ਵੀ ਇੱਕ ਮੁੱਦਾ ਸਾਰਿਆਂ ਨੂੰ ਜਿਵੇਂ ਕਿਸੇ ਨੇ ਦਿੱਤਾ ਹੁੰਦਾ ਵੀ ਅੱਜ ਤੁਸੀਂ ਐਸੇ ਮੁੱਦੇ ਤੇ ਗੱਲ ਕਰਨੀ ਹੈਗੀ। ਸੋ ਮੈਂ ਇੱਕ ਮਤਲਬ ਅਖਬਾਰ ਦੇ ਵਿੱਚ ਕੰਮ ਕੀਤਾ ਸੀਗਾ ਜਿਹੜਾ ਕਿ ਮੋਹਾਲੀ ਤੋਂ ਛਪਦਾ ਸੀਗਾ, ਤੇ ਉਸ ਅਖਬਾਰ ਦਾ ਜਿਹੜਾ ਮੁੱਖ ਸੰਪਾਦਕ ਸੀਗਾ ਉਹ ਉੱਥੇ ਜਦੋਂ ਕਿਤੇ ਆਉਂਦੇ ਸਾਡੀਆਂ ਮੀਟਿੰਗਾਂ ਹੁੰਦੀਆਂ ਤੇ ਉੱਥੇ ਪਤਾ ਸਾਨੂੰ ਇਹ ਲੱਗਿਆ ਵੀ ਉਹ ਚੰਡੀਗੜ੍ਹ ਚ ਜਿੰਨੇ ਉਹਦੇ ਰਿਪੋਰਟਰ ਰੱਖੇ ਸੀਗੇ ਉਹਨਾਂ ਨੂੰ ਸਵੇਰੇ ਇੱਕ ਮੁੱਦਾ ਦੇ ਦਿੰਦਾ ਸੀ ਵੀ ਇਹਦੇ ਤੇ ਖਬਰ ਬਣਾਉਣੀ ਅੱਜ, ਤੇ ਉਹ ਫਿਰ ਸਾਰਾ ਦਿਨ ਉਹਦੇ ਤੇ ਭਾਲਦੇ ਰਹਿੰਦੇ ਵੀ ਉਹਨਾਂ ਵੀ ਕਿੱਥੋਂ ਖਬਰ ਬਣੂ, ਕਿਵੇਂ ਬਣੂਗੀ। ਸੋ ਇਸ ਤਰ੍ਹਾਂ ਹੀ ਮਤਲਬ ਇਹ ਗੱਲਾਂ ਜਿਹੜੀਆਂ ਚੱਲਦਾ ਤੁਰਿਆ ਆ ਰਿਹਾ ਹੈਗਾ। ਇਹ ਮਤਲਬ ਮੀਡੀਆ ਦਾ ਇੱਕ ਹਿੱਸਾ ਜਿਹੜਾ ਕਰਦਾ, ਫਿਰ ਉਹ ਸੋਸ਼ਲ ਮੀਡੀਆ ਤੇ ਹੁਣ ITI ਵਿੰਗ ਆ, ਉਹ ਇਸ ਤਰ੍ਹਾਂ ਦੇ ਜਿਹੜੇ ITI ਜਿਹੜੇ ਵਿੰਗ ਨੇ ਗੇ ਪਾਰਟੀਆਂ ਦੇ ਜਾਂ ਇਹਨਾਂ ਲਈ ਕੰਮ ਕਰਦੇ ਨੇ। ਸੋ ਉਸ ਤਰ੍ਹਾਂ ਦੇ ਉਹ ਮੁੱਦੇ ਭਾਲਦੇ ਆ ਤੇ ਉਹ ਮੁੱਦਿਆਂ ਦੇ ਉੱਪਰ ਫਿਰ ਉਹ ਬਕਾਇਦਾ ਜਿਹੜੀ ਡਿਬੇਟ ਆ ਜਾਂ ਬਕਾਇਦਾ ਲੋਕਾਂ ਦੇ ਵਰਸਨ ਹੈ ਉਹ ਲੈਂਦੇ ਆ ਤੇ ਫਿਰ ਉਹਨੂੰ ਲਿਆ ਕੇ ਇੱਕ ਮੁੱਦੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ। ਮਤਲਬ ਉਹ ਮੁੱਦਾ ਲੋਕਾਂ ਦਾ ਨਹੀਂ ਹੁੰਦਾ, ਉਹਨਾਂ ਦੇ ਮਨਾਂ ਦੇ ਵਿੱਚ ਹੁੰਦਾ। ਜੇ ਲੋਕਾਂ ਦਾ ਮੁੱਦਾ ਹੋਵੇ ਤਾਂ ਇੱਕ ਖਬਰ ਮੈਂ ਅੱਜ ਦੇਖ ਰਿਹਾ ਸੀਗਾ ਕਿ ਹਰਿਆਣਾ ਦਾ ਸਭ ਤੋਂ ਵੱਡਾ ਕਿਸਾਨ ਆਗੂ ਆ ਗੁਰਨਾਮ ਸਿੰਘ ਚੜੂਣੀ, ਤੇ ਉਹਨੇ ਕਿਉਂਕਿ ਸਿੱਧੀ ਗੱਲ ਜਦੋਂ ਆਪਾਂ ਕਹਿੰਦੇ ਹਾਂ ਵੀ ਜਿਹੜਾ ਪਾਣੀ ਦਾ ਮਸਲਾ ਇਹਦਾ ਕਿਸਾਨਾਂ ਨਾਲ ਸੰਬੰਧਿਤ ਆ ਨਾ, ਤੇ ਉਹਦਾ ਵੀ ਮੈਂ ਇੱਕ ਬਿਆਨ ਦੇਖ ਰਿਹਾ ਸੀਗਾ ਜਿਹੜਾ ਗੁਰਦਾਸਪੁਰ ਆ ਕੇ ਦਿੱਤਾ। ਤੇ ਉਹਨਾਂ ਨੇ ਇਹ ਇੱਥੇ ਇੱਕ ਗੱਲ ਕਹੀ ਹੈ ਵੀ ਇਹ ਜਿਹੜਾ ਮੁੱਦਾ ਲੀਡਰਾਂ ਨੂੰ ਵੋਟਾਂ ਮਿਲੀ ਕਿਉਂ ਯਾਦ ਆਉਂਦਾ, SYL ਦਾ ਮੁੱਦਾ ਵੋਟਾਂ ਮਿਲੀ ਕਿਉਂ ਯਾਦ ਆਉਂਦਾ, ਕਿਉਂਕਿ ਹੁਣ ਮਤਲਬ ਪਿਛਲੇ ਦਿਨ ਕੱਲ ਦੀ ਹੋਈ ਗੱਲ ਆ, ਆਪਾਂ ਕੱਲ ਉਹ ਖਬਰ
ਮਤਲਬ ਲਈ ਹੈ, ਉਹਦੇ ਵਿੱਚ ਆਇਆ ਵੀ ਜਦੋਂ ਹਰਿਆਣੇ ਦੇ ਵਿੱਚ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਏ ਇੱਕ ਪ੍ਰੋਗਰਾਮ ਦੇ ਵਿੱਚ, ਤਾਂ ਉੱਥੇ ਉਹ ਹਾਲਾਂਕਿ ਉਹ ਪ੍ਰੋਗਰਾਮ ਉਸੇ ਤਰ੍ਹਾਂ ਦਾ ਸੀਗਾ ਵੀ ਉਹ ਅਪਾਹਜਾਂ ਨੂੰ, ਗਰੀਬਾਂ ਨੂੰ ਜਾਂ ਹੋਰ ਲੋਕਾਂ ਨੂੰ ਸਹੂਲਤਾਂ ਦੇਣ ਬਾਰੇ ਸੀ, ਤਾਂ ਉੱਥੇ ਇੱਕ ਅਪਾਹਜ ਨੇ ਮਤਲਬ ਜੁੱਤੀ ਉਹਨਾਂ ਦੇ ਜਿਹੜਾ ਹੈਗਾ ਸਟੇਜ ਵੱਲ ਮਾਰੀ ਹੈਗੀ। ਸੋ ਇਹ ਦੇਖ ਕੇ ਲੱਗਦਾ ਵੀ ਜਿਹੜਾ ਹਰਿਆਣੇ ਦੀ ਸਰਕਾਰ ਹੈ ਉਹ ਗੱਲਾਂ ਬਾਤਾਂ ਜਿੰਨੀਆਂ ਮਰਜ਼ੀ ਕਰ ਰਹੀ ਹੈ, ਪਰ ਉਹ ਲੋਕਾਂ ਦੇ ਵਿੱਚ ਕਿਉਂਕਿ ਦੋ ਟਰਮਾਂ ਹੋ ਗਈਆਂ, 10 ਸਾਲ ਤੋਂ ਸਰਕਾਰ ਚੱਲਦੀ ਹੈ, ਕੋਈ ਵੀ ਸਰਕਾਰ ਜਦੋਂ ਲੰਮਾ ਸਮਾਂ ਚੱਲਦੀ ਹੈ ਉਹਦੇ ਖਿਲਾਫ ਇੱਕ ਤਰ੍ਹਾਂ ਦਾ ਲੋਕ ਲਹਿਰ ਹੈ ਜਿਹੜੀ ਖੜੀ ਹੋ ਜਾਂਦੀ ਹੈ, ਲੋਕ ਉਹ ਤੋਂ ਅੱਕ ਵੀ ਜਾਂਦੇ ਨੇ। ਸੋ ਇਹ ਲੱਗਦਾ ਹੈ ਵੀ ਹੁਣ ਇਹ ਨਵੀਂ ਇੱਕ ਜਿਹੜਾ ਮੁੱਦਾ SYL ਦਾ ਇਸ ਤਰ੍ਹਾਂ ਦਾ ਭਖਾ ਦਿੱਤਾ ਜਾਵੇ, ਤਾਂ ਕਿ ਬਾਕੀ ਮੁੱਦੇ ਆ ਜਿਹੜੇ ਸਰਕਾਰ ਦਾ ਫੇਲੀਅਰ ਆ ਉਹ ਛੱਡ ਕੇ ਹਰਿਆਣੇ ਦੇ ਵਿੱਚ ਸਿਰਫ ਹਰਿਆਣੇ ਦੇ ਲੋਕਾਂ ਨੂੰ ਇਸ ਕੰਮ ਤੇ ਲਾਮਬੰਦ ਕੀਤਾ ਜਾਵੇ। ਪਰ ਇਹ ਜਿਹੜੀ ਲਾਮਬੰਦੀ ਕਰਨ ਦੀ ਕੋਸ਼ਿਸ਼ ਇਹ ਜਿਹੜਾ ਕਿਸਾਨ ਅੰਦੋਲਨ ਦੇ ਦੌਰਾਨ ਵੀ ਹੋਈ ਸੀਗੀ, ਤੁਹਾਡੇ ਯਾਦ ਹੋਣਾ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਵੀ SYL ਦੀ ਸਿੰਗਰੀ ਆ ਜਿਹੜੀ ਹਰਿਆਣੇ ਦੇ ਵਿੱਚ ਛੇੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਦੋਂ ਹਰਿਆਣੇ ਦੇ ਕਿਸਾਨਾਂ ਨੇ ਇਸ ਗੱਲ ਨੂੰ ਬਹੁਤ ਬੁਰੀ ਤਰ੍ਹਾਂ ਨਕਾਰ ਦਿੱਤਾ ਸੀਗਾ ਵੀ ਸਾਡਾ ਇਹ ਕੋਈ ਮੁੱਦਾ ਹੀ ਨਹੀਂ ਹੈਗਾ, ਹੁਣ ਲੜਾਈ ਸਾਡੀ ਹਰਿਆਣਾ ਜਾਂ ਪੰਜਾਬ ਦੀ ਨਹੀਂ, ਇਹ ਲੜਾਈ ਤਾਂ ਸਾਡੀ ਹੋਂਦ ਦੀ ਹੈਗੀ, ਅਸੀਂ ਆਪਣੀ ਹੋਂਦ ਲਈ ਲੜ ਰਹੇ ਹਾਂ। ਸੋ ਹੁਣ ਵੀ ਇਹ ਜਿਹੜਾ ਗੁਰਨਾਮ ਸਿੰਘ ਚਰੂਣੀ ਉਹਨਾਂ ਦਾ ਗੁਰਦਾਸਪੁਰ ਦੇ ਵਿੱਚ ਇਹ ਦਿੱਤਾ ਹੋਇਆ ਬਿਆਨ ਹੈ, ਇਹਦੇ ਚ ਉਹਨਾਂ ਨੇ ਕਿਹਾ ਕਿ SYL ਦਾ ਮੁੱਦਾ ਸਰਕਾਰਾਂ ਨੂੰ ਵੋਟਾਂ ਵੇਲੇ ਯਾਦ ਆਉਂਦਾ, ਤੇ ਜਦੇ ਦੋਨੇ ਸਰਕਾਰਾਂ ਮੀਂਹ ਦਾ ਪਾਣੀ ਸਾਂਭਣ ਦਾ ਯਤਨ ਕਰਨ ਤਾਂ ਸੂਬਿਆਂ ਕੋਲੇ ਪਾਣੀ ਮੁੱਕ ਹੀ ਨਹੀਂ ਸਕਦਾ, ਉਹੀ ਬਥੇਰਾ ਹੈਗਾ। ਸੋ ਉਹਨਾਂ ਨੇ ਕਿਉਂਕਿ ਕਿਸਾਨ ਨੂੰ ਪਤਾ ਹੁੰਦਾ ਵੀ ਕਿਹੜਾ ਪਾਣੀ ਕਿੱਥੋਂ ਆ ਸਕਦਾ ਹੈਗਾ, ਸੋ ਇਸ ਤਰ੍ਹਾਂ ਮਤਲਬ ਉਹਨਾਂ ਨੇ ਕਿਹਾ ਕੇਂਦਰ ਸਰਕਾਰ ਪੰਜਾਬ ਤੇ ਹਰਿਆਣਾ ਨੂੰ ਜਿਹੜਾ SYL ਦੇ ਮੁੱਦੇ ਤੇ ਲੜਾਉਣਾ ਚਾਹੁੰਦੀ ਹੈਗੀ। ਸੋ ਇਹ ਗੱਲ ਹਰਿਆਣਾ ਦੇ ਸਭ ਤੋਂ ਵੱਡੇ ਜਿਹੜੇ ਕਿਸਾਨ ਆਗੂ ਉਹਨਾਂ ਨੇ ਕਹੀ ਹੈ। ਸੋ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓ ਨੇ ਨਫ਼ਰਤ ਪੈਦਾ ਕਰਨ ਲਈ ਪੈਦਾ ਕੀਤੇ ਜਾਂਦੇ, ਕਿਸੇ ਮੁੱਦੇ ਲਈ ਨਹੀਂ ਹੁੰਦਾ ਹੈ, ਇਹ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਲਈ, ਤਾਂ ਕਿ ਜਿਹੜਾ ਸਰਕਾਰ ਆ ਉਹ ਤੋਂ ਲਾਹਾ ਲੈ ਸਕਣ, ਉਹਦੇ ਲਈ ਇਸ ਤਰ੍ਹਾਂ ਦੀਆਂ ਵੀਡੀਓ ਆ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਨੇ, ਔਰ ਉਹ ਫਿਰ ਇਕੱਠੀਆਂ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦਿਖਾਇਆ ਜਾਂਦਾ। ਇਹ ਚੈਨਲ ਵੀ ਬਹੁਤ ਸਾਰੇ ਕੰਮ ਕਰ ਰਹੇ ਨੇ ਇਸ ਤਰ੍ਹਾਂ ਦਾ, ਇਹ ਇਕੱਲਾ ਕੋਈ ITI ਸੈਲਰੀ ITI ਸੈੱਲ ਹੀ ਨਹੀਂ ਹੈਗੇ ਕੋਈ, ਤੇ ITI ਸੈੱਲ ਤਾਂ ਕੰਮ ਕਰਨਾ ਹੀ ਹੁੰਦਾ, ਆਪੋ ਆਪਣੀਆਂ ਜਿਹੜੀ ਵਿਚਾਰਧਾਰਾ ਜਾਂ ਪਾਰਟੀਆਂ ਨਾਲ ਜੁੜੇ ਪਿਆ, ਤੇ ਮੀਡੀਆ ਦੇ ਰਾਹੀਂ ਵੀ ਇਹ ਬਹੁਤ ਕੁਝ ਇਸ ਤਰ੍ਹਾਂ ਦਾ ਸਾਨੂੰ ਦੇਖਣ ਨੂੰ ਮਿਲਦਾ ਹੈਗਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਮੁੱਦੇ ਦੇ ਦਿੱਤੇ ਜਾਂਦੇ ਆ, ਟੌਪਿਕ ਦਿੱਤੇ ਜਾਂਦੇ ਵੀ ਆਹ ਟੌਪਿਕ ਦੇ ਉੱਪਰ ਤੁਸੀਂ ਅੱਜ ਖਬਰ ਬਣਾਉਣੀ ਹੈਗੀ, ਉਹ ਮੁੱਦਾ ਹੈ ਨਹੀਂ ਹੈ, ਉਹ ਟੌਪਿਕ ਆ ਜਿਹੜਾ ਉਹਦੇ ਦਿਮਾਗ ਦੇ ਵਿੱਚ ਆਇਆ, ਉਹ ਸੰਪਾਦਕ ਦੇ ਆਇਆ ਜਾਂ ਉਸ ਅਦਾਰੇ ਦੇ ਆਇਆ ਜਾਂ ਉਹਨਾਂ ਦੇ ਕਾਮਾਂ ਦੇ ਆਇਆ ਜਿਹੜੇ ਉੱਪਰ ਵਾਲੇ ਉਹ ਕਹਿੰਦੇ ਨੇ, ਤੇ ਫਿਰ ਉਹ ਪੱਤਰਕਾਰ ਮਿਹਨਤ ਕਰਕੇ ਵਿਚਾਰੇ ਉਹਨਾਂ ਨੇ ਤਾਂ ਹੁਣ ਜਿਹਨੇ ਕਹਿੰਦੇ ਆ ਮਤਲਬ ਘਾਈਆਂ ਦੇ ਪੁੱਤਾਂ ਨੇ ਤਾਂ ਘਾ ਹੀ ਖੋਤਣਾ, ਹੁਣ ਉਹਨੂੰ ਤਾਂ ਤਨਖਾਹ ਲੈਣੀ ਹੈ, ਹੁਣ ਅੱਜ ਕੱਲ੍ਹ ਪੱਤਰਕਾਰੀ ਵੀ ਇਸ ਤਰ੍ਹਾਂ ਦੀ ਚੰਗਾ ਜੀ ਜਿਹੜਾ ਕੁਛ ਕਹਿੰਦੇ ਹੋ ਉਹ ਕੁਛ ਬਣਾ ਲਿਆਉਂਦੇ ਆ। ਸੋ ਉਹ ਇਸ ਤਰ੍ਹਾਂ ਦੇ ਮੁੱਦੇ ਆ ਜਿਹੜੇ ਉਹ ਪੈਦਾ ਕੀਤੇ ਜਾਂਦੇ ਨੇ, ਨਾ ਕਿ ਇਹ ਮੁੱਦੇ ਹੁੰਦੇ ਨੇ ਕਿ ਇਹਨਾਂ ਨੂੰ ਹਵਾ ਦਿੱਤੀ ਜਾਂਦੀ ਆ, ਪੁਰਾਣੇ ਮੁੱਦਿਆਂ ਨੂੰ ਕੱਢ ਕੇ ਉਛਾਲ ਕੇ ਨਵੇਂ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾਂਦੀ ਹੈ। ਸੋ ਇਹ ਉਹ ਉਹਦੇ ਵਿੱਚ ਹੀ ਉਪਜੀ ਹੋਈ ਇੱਕ ਗੱਲ ਆ ਜਿਹੜੀ ਤੁਸੀਂ ਉਹ ਵੀਡੀਓ ਦੀ ਗੱਲ ਕਰ ਲਿਆ ਵੀ ਕਰਵਾ ਚੌਥ ਦੇ ਨਾਂ ਦੇ, ਦੇਖੋ ਤਿਉਹਾਰ ਹੈ ਜਿਹੜਾ ਉਹ, ਅਸੀਂ ਫੇਰ ਕਹਿ ਦਿੰਦੇ ਹਾਂ ਵੀ ਹੁਣ ਜੇ ਕੋਈ ਕਿਸੇ ਗੁਰਪੁਰਬ ਤੇ ਜਾਂ ਕਿਸੇ ਹੋਰ ਗੱਲ ਤੇ ਇਸ ਤਰ੍ਹਾਂ ਦਾ ਸਹੁੰ ਪਵਾ ਕੇ ਪਾਵੇ ਤਾਂ ਦੇਖੋ ਕਿੰਨਾ ਰੌਲਾ ਪੈਂਦਾ ਦੇਸ਼ ਦੇ ਵਿੱਚ, ਤੁਸੀਂ ਕਰਕੇ ਦੇਖੋ ਕਿਸੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਕੋਈ ਗੱਲ ਇਹੋ ਜਿਹੀ ਉਹਨਾਂ ਦੀ ਕਰ ਦਿਓ, ਜਾਂ ਮਤਲਬ ਦੀਵਾਲੀ ਦਾ ਤਿਉਹਾਰ ਆਉਂਦਾ ਦਰਬਾਰ ਸਾਹਿਬ ਤੋਂ ਕੋਈ ਇਸ ਤਰ੍ਹਾਂ ਦੀ ਚਾਰ ਬੰਦੇ ਚਾਰ ਔਰਤਾਂ ਕੋਈ ਇਸ ਤਰ੍ਹਾਂ ਦੀ ਗੱਲ ਕਰ ਦੇਣ, ਪੂਰੇ ਦੇਸ਼ ਦੇ ਵਿੱਚ ਬਵਾਲ ਮੱਚ ਜੂਗਾ ਉਹਦੀ। ਪਰ ਇਹ ਇੱਕ ਧਾਰਮਿਕ ਤਿਉਹਾਰ ਦੇ ਉੱਪਰ ਉਹਨੂੰ ਕਿਹਾ ਦਿੱਤੀ ਗਈ ਹੈ, ਇਹਨੂੰ ਕੋਈ ਨੀ ਕੁਛ ਕਹਿ ਰਿਹਾ, ਇਹਨੂੰ ਸ਼ਕਾਂ ਸਹਿ ਦਿੱਤੀ ਜਾ ਰਹੀ ਹੈ, ਇਹਨੂੰ ਵਾਇਰਲ ਕੀਤਾ ਜਾ ਰਿਹਾ, ਕੁਝ ਚੈਨਲ ਵੀ ਦਿਖਾ ਰਹੇ ਨੇ ਇਹਨੂੰ, ਤੇ ਇਹਨੂੰ ਹੋਰ ਉਤਸ਼ਾਹਿਤ ਕੀਤਾ ਜਾ ਰਿਹਾ ਹੈਗਾ। ਸੋ ਇਹ ਗੱਲਾਂ ਜਿਹੜੀਆਂ ਨੇਗੀਆਂ ਇਹ ਮੁਲਕ ਦੇ ਫਾਇਦੇ ਲਈ ਨਹੀਂ ਆ, ਠੀਕ ਆ ਬਸਤੀ ਤੌਰ ਤੇ ਵੋਟਾਂ ਵਾਟਾਂ ਲੈ ਜਾਣਗੇ ਲੋਕ ਆ ਜਿਹੜੇ ਮਤਲਬ ਇਸ ਤਰ੍ਹਾਂ ਦੇ ਸਰਕਾਰਾਂ ਵਾਲੇ ਨੇ, ਪਰ ਇਹ ਮੁਲਕ ਨੂੰ ਇਹ ਇਹਨਾਂ ਇਹਦਾ ਖਮਿਆਜਾ ਭੁਗਤਣਾ ਪੈਂਦਾ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਪੂਰੇ ਮੁਲਕ ਦੇ ਵਿੱਚ ਫੈਲਾਉਣ ਦੀ ਜਾਂ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕਰਦੇ ਆ ਸੀ ਨਾ, ਦੋ ਸੂਬਿਆਂ ਦੇ ਵਿੱਚ, ਦੋ ਸਮਾਜਾਂ ਦੇ ਵਿੱਚ, ਦੋ ਧਰਮਾਂ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਜ਼ਹਿਰ ਫੈਲਾਈ ਜਾਂਦੀ ਆ, ਤਾਂ ਉਹਦਾ ਫਿਰ ਖਮਿਆਜਾ ਉਹ ਲੋਕਾਂ ਦੇ ਨਾਲ ਨਾਲ ਪੂਰੇ ਮੁਲਕ ਨੂੰ ਝੱਲਣਾ ਪੈਂਦਾ ਹੈ। ਬਿਲਕੁਲ ਬਿਲਕੁਲ ਸਰ, ਸੋ ਇਹ ਸੀ ਆਪਣੀਆਂ ਦਿਨ ਭਰ ਦੀਆਂ ਖਾਸ ਖਬਰਾਂ ਸਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਹਿਮ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ। ਮਿਹਰਬਾਨੀ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸੀ ਆਪਣੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਜੀ, ਜਿਨ੍ਹਾਂ ਨੇ ਅੱਜ ਦੀਆਂ ਦਿਨ ਭਰ ਦੀਆਂ ਖਾਸ ਖਬਰਾਂ ਤੇ ਆਪਣੇ ਨਾਲ ਵਿਚਾਰ ਚਰਚਾ ਕੀਤੀ ਹੈ, ਹਰ ਮੁੱਦੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਦਿਨ ਭਰ ਦੇ ਖਾਸ ਮੁੱਦਿਆਂ ਨੂੰ ਲੈ ਕੇ, ਤਦ ਤੱਕ ਲਈ ਦੇਖਦੇ ਰਹੋ ਪ੍ਰੋਗਰਾਮ ਨਿਰਪੱਖ ਟਾਕ।